ਅੱਜ ਕੱਲ ਤੁਸੀਂ ਬਹੁਤ ਸਾਰੇ ਸਿੰਗਰਸ ਨੂੰ ਪਰੇਸ਼ਾਨ ਕਰ ਰੱਖਿਆ ਬਹੁਤ ਸੀ 뮤ਜ਼ਿਕ ਕੰਪਨੀਆਂ ਥੋੜੀ ਜਿਹੜੇ ਐਕਟਿਵਿਜ਼ਮ ਤੋਂ ਪਰੇਸ਼ਾਨ ਹੈਗੀਆਂ ਨੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਪੰਡਿਤ ਤਰਨਵਰ ਆਹ ਹਰ ਕੰਮ 'ਚ ਆਪਣੀ ਤੰਗ ਜਿਹੜੀ ਹੈਗੀ ਅੜਾਰੇ ਹੈਗੇ ਨੇ ਕੋਈ 뮤ਜ਼ਿਕ ਹੋਵੇ 뮤ਜ਼ਿਕ 'ਚ ਥੋੜੀ ਬਹੁਤ ਗੱਲ ਵੀ ਹੁੰਦੀ ਹੈ ਤੇ ਪੰਡਿਤ ਤਰਨਵਰ ਆਉਟ ਕੇ ਹਾਈ ਕੋਰਟ ਤੁਰ ਪੈਂਦੇ ਨੇ ਪੰਜਾਬੀ ਪਾਸ਼ਾ ਪ੍ਰਤੀ ਜਿਹੜੇ ਸਤਕਾਰ ਸਨਮਾਨ ਹੋਣਾ ਚਾਹੀਦਾ ਉਹ ਪੰਜਾਬੀ 'ਚ ਹੀ ਨਹੀਂ ਹੋਇਆ ਬਹੁਤ ਸਾਰੇ ਗਾਇਕਾਂ ਨੇ ਲੱਛਸ਼ਰਾ 'ਤੇ ਹਤਿਆਨੇ ਗਾਣਾ ਗਾਰੇ ਨੇ ਜੋ ਕੰਟੈਂਪਟ ਆਫ ਕੋਰਟ ਹੈ ਇਸ ਪਵਿੱਤਰ ਪਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਤਿਆਰੀ ਗਾਣੇ ਗਾਉਣ ਵਾਲੇ ਪਾਵੇ ਆਰਨੀਟ ਹੋਵੇ ਕਿਰਨ ਹੌਸਲਾ ਹੋਵੇ ਪਾਵੇ ਕੋਈ ਹੋਵੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਏ ਕਿਉਂਕਿ ਮਾਨਯੋਗ ਹਾਈ ਕੋਰਟ ਦਾ ਮੰਨਣਾ ਹੈ ਕਿ ਅਜੇ ਗਾਣਾ ਬੰਦ ਹੋਇਆ ਹਰਤਾਤੇ ਜੇਕਰ ਗਾਉਣਗੇ ਇਹ ਕਿ ਕਰਕੇ ਜਿਲ ਜਾਣਗੇ ਸਰ ਇਹ ਤੁਸੀਂ ਮੋਰਲਾਈਜ਼ਿੰਗ ਕਰ ਰਹੇ ਤੁਸੀਂ ਪ੍ਰੀਚਿੰਗ ਤੇ ਆ ਰਹੇ ਜਿਸ ਗਾਣੇ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੋਵੇ जिस कानून दे, जिस गाने दी बेइज्जती दी शब्दावली भड़काऊ दी शब्दावली होट उस पिंड बिलोंग करता जिथे मार के कसुरजदा है एंटरटेनमेंट नहीं हो सकता चौथा पैग लागे देर बाफड़ नहीं ये एंटरटेनमेंट नहीं हो सकता औरत है क्योंकि कोर्ट के हिदायत दे साफ शब्दाव लिखा है इस हुक्म पूरा देश भर लेके जावगा देखो अभी सारे चंगे समाज की रचना करने की जड़ है ना सिर्फ ये गाने लागू होंगे सर वैबसीरीज़ पर भी लागू होएगी फिल्म पर भी लागू होएगी 1952 फिफ्टी टू टू सीनेटोग्राफी एक्ट बनया हाले तक उस दे विच अमेंडमेंट नहीं होया है उन अमेंडमेंट होएगी मनमर्जी गैंगस्टर वाले फिल्म नहीं बना सकते जिमें शूटर फिल्म बैन हुआ है गैंग पूरी दुनिया फिल्मा बढ़दी रहे ਅਸੀਂ ਨਾਰਕੋਸ ਦੇਖਦੇ ਆਂ ਅਸੀਂ ਗੈਂਗਸ ਆਫ ਵਾਸੇਪੁਰ ਦੇਖਦੇ ਆਂ ਅਸੀਂ ਉਹਨਾਂ ਨੂੰ ਤਾਂ ਦੇਖ ਕੇ ਇੰਜੋਏ ਕਰਦੇ ਆਂ ਉਹ ਇੰਡਸਟਰੀ ਪਰਫੁੱਲੀਟ ਹੁੰਦੀ ਹੈ ਕਿਉਂਕਿ ਵਿਊਅਰਸ ਕੰਜ਼ਿਊਮਰ ਸਾਡਾ ਹੈ ਸਾਡੇ ਜੇ ਇੱਥੇ ਦੇ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਤੁਸੀਂ ਉਹਨੂੰ ਲੈ ਕੇ ਹਾਈ ਕੋਰਟ ਪਹੁੰਚ ਜਾਂਦੇ ਕਿ ਕਿਸ ਚੀਜ਼ ਤੇ ਫਿਲਮਾਂ ਬਣਾਓ ਤੁਸੀਂ ਦੱਸੋ ਨਾ ਜੇ ਨਸ਼ਿਆਂ ਦੀ ਗੱਲ ਤੁਸੀਂ ਕਰਨਾ ਬੰਦ ਕਰ ਦੋ ਗੈਂਗਸਟਰਾਂ ਦੀ ਗੱਲ ਤੁਸੀਂ ਕਰਨਾ ਫਿਰ ਫਿਲਮਾਂ ਕਿਸ ਚੀਜ਼ ਤੇ ਬਣਨਗੀਆਂ ਤੇ ਕਿਉਂ ਬਣਨਗੀਆਂ ਉਂਝਾ ਸਾਡੇ ਕੋਲ ਕੋਈ ਪੈਮਾਨਾ ਨਹੀਂ ਕੋਈ ਮਾਫ ਦੰਡ ਨਹੀਂ ਫਿਰ ਝੰਡਾ ਚੱਕ ਕੇ ਰਿਤੇਸ਼ ਲੱਖੀ ਪਹੁੰਚੇ ਕੋਰਟ ਦੇ ਵਿੱਚ ਜਾਂ ਪੰਡਿਤ ਤਰਾਉ ਧਾਰਨਵਰ ਪਹੁੰਚੇ ਹਾਈ ਕੋਰਟ ਕਹਿੰਦਾ ਵੀ ਇਸ ਗਾਣੇ ਨੂੰ ਬੰਦ ਕਰੋ ਤੇ ਉਹਦਾ ਤਾਂ ਕੋਈ ਸਿਰ ਪੈਰ ਨਹੀਂ ਬਣੇਗਾ ਇਹਦਾ ਪਾਵ ਹੈ ਸਰ ਪੰਜਾਬ ਇੱਕ ਐਸਾ ਇੱਕ ਸੁਭਾ ਹੈ ਜੀ ਬਹੁਤ ਹੀ ਨਾਜ਼ੂਕ ਸੁਭਾ ਹੈ ਇੱਥੇ ਤੁਸੀਂ ਮਨਮਰਜ਼ੀ ਬੰਦੂਕ ਵਾਲੇ ਸ਼ਰਾਬੀ ਜਾਂ ਗੈਂਗਸਟਰ ਕਲਚਰ ਨੂੰ ਸਹਾਈਤ ਕਰਨ ਵਾਲੇ ਫਿਲਮ ਬਣਾਓਗੇ ਕਿੱਥੇ ਰਹੇਗੀ ਸੂਫੀ ਬਾਤ ਕਿੱਥੇ ਰਹੇਗੀ ਇੱਥੇ ਬਾਬਾ ਨਾਨਕ ਦੀ ਬਾਣੀ ਇਹ ਪਵਿੱਤਰ ertidhi ਹੈ ਮਹਾਰਾਜ ਇੱਕ ਸੁਪਰੀ ਕਾਲਵਾ ਦੀ ਫਿਲਮ ਬਣਾ ਕੇ ਕਿਰੇ ਤੁਸੀਂ ਸਿੱਖ ਪੜਾਉਣ ਦਾ ਕੋਸ਼ਿਸ਼ ਕੀਤਾ ਹੋਇਆ ਆਪਾਂ ਜੱਜ ਕਿਉਂ ਬਣ ਕੇ ਬੈਠ ਜਾਂਦੇ ਕਿਸ ਫਿਲਮ ਨੇ ਕਿਸ ਸਬਜੈਕਟ ਤੇ ਬਣੇਗੀ ਇਹ ਵੀ ਅਸੀਂ ਤੈਅ ਕਰਾਂਗੇ ਸਰਕਾਰ ਤੈਅ ਕਰੇਗੀ ਤੇ ਉਹਦਾ ਪ੍ਰਭਾਵ ਕੀ ਹੋਏਗਾ ਇਹ ਵੀ ਅਸੀਂ ਆਪਣੇ ਮਨ ਚ ਬਣਾ ਕੇ ਬਹਿ ਗਏ ਵੀ ਇਹਦਾ ਤਾਂ ਪ੍ਰਭਾਵ ਮਾੜਾ ਹੀ ਪੈਣਾ ਨਮਸਕਾਰ ਸਤਿ ਸ਼੍ਰੀ ਅਕਾਲ ਵਰਲਡ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਇੱਕ ਹੋਰ ਖਾਸ ਮਹਿਮਾਨ ਦੇ ਨਾਲ ਬਹੁਤ ਹੀ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਦੀ ਇਸ ਦੇ ਨਾਲ ਹੀ ਪੰਜਾਬੀ ਗਾਇਕੀ ਪੰਜਾਬੀ ਗੀਤਾ ਪੰਜਾਬੀ 뮤직 ਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲਿਆ ਹੋਇਆ ਆ ਪੋਲੂਸ਼ਨ ਫੈਲਿਆ ਹੋਇਆ ਉਸ ਦੇ ਉੱਤੇ ਉਸ ਨੂੰ ਤੇ ਰੋਕ ਲਗਾਉਂਦਾ ਉਸ ਨੂੰ ਨੱਥ ਪਾਉਣ ਦਾ ਬੀੜਾ ਇੱਕ ਸ਼ਖਸ ਨੇ ਪਿਛਲੇ ਕਈ ਸਾਲਾਂ ਤੋਂ ਚੁੱਕ ਰੱਖਿਆ ਹੈ ਇਹ ਦੋਵੇਂ ਚੀਜ਼ਾਂ ਪੈਰਲੈਲੀ ਉਸ ਬੰਦੇ ਦੀ ਜ਼ਿੰਦਗੀ ਚੱਲ ਰਹੀਆਂ ਨੇ ਤੇ ਉਹ ਬੰਦਾ ਸਭ ਤੋਂ ਵੱਡੀ ਗੱਲ ਹੈ ਖੁਦ ਇੱਕ ਪੰਜਾਬੀ ਉਸ ਤਰੀਕੇ ਦਾ ਪੰਜਾਬੀ ਨਹੀਂ ਹੈ ਉਹ ਕਰਨਾਟਕਾ ਦੇ ਵਿੱਚ ਪੈਦਾ ਹੋਇਆ ਕੰਨੜ ਸ਼ਖਸੀਅਤ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਪਿਛਲੇ ਲਗਭਗ ਡੇਢ ਦੋ ਦਹਾਕੇ ਤੋਂ ਬਤੌਰ ਸੋਸ਼ੀਓਲੋਜੀ ਦੇ ਪ੍ਰੋਫੈਸਰ ਕੰਮ ਕਰ ਰਹੇ ਨੇ ਲੇਕਿਨ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਭਾਸ਼ਾ ਲਈ ਜਿੰਨਾ ਕੰਮ ਉਹ ਕਰ ਚੁੱਕੇ ਨੇ ਜਿਸ ਕਿਸਮ ਦਾ ਐਕਟਿਵਿਜ਼ਮ ਉਹਨਾਂ ਨੇ ਦਿਖਾਇਆ ਹੈ ਉਹ ਸ਼ਾਇਦ ਹੀ ਹੋਰ ਕਿਸੇ ਨੇ ਦਿਖਾਇਆ ਹੋਵੇ ਉਹ ਮਿਸਾਲ ਕਾਟੀ ਮਿਲਦੀ ਹੈ ਕਿਵੇਂ ਕਰਨਾਟਕਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਸ਼ਖਸ ਚੰਡੀਗੜ੍ਹ ਆਂਦਾ ਹੈ ਤੇ ਇੱਥੇ ਪੰਜਾਬੀ ਭਾਸ਼ਾ ਪੰਜਾਬੀ ਵਿਰਸੇ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਹੈ ਤੇ ਇਸ ਨੂੰ ਆਪਣੇ ਜੀਵਨ ਦਾ ਇੱਕ ਮਿਸ਼ਨ ਬਣਾ ਲੈਂਦਾ ਹੈ ਪੰਡਿਤ ਰਾਉ ਤਰਨਵਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਪੰਡਿਤ ਜੀ ਸ਼ੁਕਰੀਆ ਮਹਾਰਾਜ ਸ਼ੁਕਰੀਆ ਕਿਸੇ ਵੀ ਇੰਟਰੋਡਕਸ਼ਨ ਦੇ ਜ਼ਿਆਦਾ ਮਹਤਾਜ ਤਾਂ ਹੈ ਨਹੀਂ ਪੰਡਿਤ ਜੀ ਕਿਉਂਕਿ ਪੰਡਿਤ ਜੀ ਇੱਕ ਬੈਨਰ ਚੱਕ ਕੇ ਜੋ ਕਿ ਇਸ ਵਕਤ ਵੀ ਇਹਨਾਂ ਦੇ ਪਿੱਛੇ ਪਿਆ ਹੈ ਉਸ ਬੈਨਰ ਨੂੰ ਹਮੇਸ਼ਾ ਚੱਕ ਕੇ ਤੁਰਦੇ ਰਹਿੰਦੇ ਨੇ ਜਿਸ ਵਿੱਚ ਕਿ ਪੰਜਾਬੀ ਬੋਲੀ ਦੇ ਪ੍ਰਤੀ ਕੋਈ ਨਾ ਕੋਈ ਐਸੀ ਗੱਲਬਾਤ ਹੁੰਦੀ ਹੈ ਇਹ ਜਦੋਂ ਵੀ ਸੜਕ ਤੇ ਤੁਰਦੇ ਹੈਗੇ ਨੇ ਬੈਨਰ ਨੂੰ ਆਪਣੇ ਮੋੜਿਆਂ ਤੇ ਚੱਕ ਕੇ ਤੁਰਦੇ ਹੈਗੇ ਨੇ ਤੇ ਉਹ ਬੈਨਰ ਲਗਾਤਾਰ ਇਹਨਾਂ ਦੀ ਜ਼ਿੰਦਗੀ ਦਾ ਇੱਕ ਅਨਿਖੜਵਾ ਹਿੱਸਾ ਹੈ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤ ਤੁਹਾਡੀ ਜ਼ਿੰਦਗੀ ਦੇ ਸਫ਼ਰ ਤੋਂ ਹੀ ਕਰ ਲੈਣਾ ਤੁਹਾਡੇ ਬੈਨਰ ਅਸੀਂ ਪਿੱਛੇ ਵੇਖ ਪਾ ਰਹੇ ਹਾਂ ਕੀ ਰਾਜ਼ ਹੈ ਇਸ ਕਿਸਮ ਦੇ ਬੈਨਰ ਨੂੰ ਨਾਲ ਹਮੇਸ਼ਾ ਚੁੱਕੇ ਤੁਰੰਦਾ ਕਈ ਲੋਕ ਕ੍ਰਿਟੀਕਲ ਹੈਗੇ ਨੇ ਕਿਉਂਕਿ ਅੱਜਕੱਲ ਤੁਸੀਂ ਬਹੁਤ ਸਾਰੇ ਸਿੰਗਰਸ ਨੂੰ ਪਰੇਸ਼ਾਨ ਕਰ ਰੱਖਿਆ ਬਹੁਤ ਸੀ 뮤ਜ਼ਿਕ ਕੰਪਨੀਆਂ ਥੋੜੀ ਜਿਹੜੇ ਐਕਟਿਵਿਜ਼ਮ ਤੋਂ ਪਰੇਸ਼ਾਨ ਹੈਗੀਆਂ ਨੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਪੰਡਿਤ ਤਰਨਵਰਾ ਹਰ ਕੰਮ 'ਚ ਆਪਣੀ ਟੰਗ ਜਿਹੜੀ ਹੈਗੀ ਅੜਾਰੇ ਹੈਗੇ ਨੇ ਕੋਈ 뮤ਜ਼ਿਕ ਹੋਵੇ 뮤ਜ਼ਿਕ 'ਚ ਥੋੜੀ-ਬਹੁਤ ਗੱਲ ਵੀ ਹੁੰਦੀ ਹੈ ਤੇ ਪੰਡਿਤ ਤਰਨਵਰਾ ਆਊਟ ਕੇ ਹਾਈ ਕੋਰਟ ਤੁਰ ਪੈਂਦੇ ਨੇ ਕੀ ਮਕਸਦ ਹੈ ਕਿਸ ਚੀਜ਼ ਨੇ ਤੁਹਾਨੂੰ ਪ੍ਰੇਰਿਆ ਹੈ ਇਸ ਕੰਮ ਕਾਜ ਨੂੰ ਇਸ ਤਰੀਕੇ ਨਾਲ ਅੰਜਾਮ ਦੇਣ ਵਿੱਚ ਜੀ ਸਭ ਤੋਂ ਪ ਪਵਿੱਤਰ ਪੰਜਾਬੀ ਪਾਸ਼ਾ ਬੋਲਣ ਵਾਲੇ ਨੂੰ ਮੇਰਾ ਪੈਰਵਰਿ ਸਤਿ ਸ੍ਰੀ ਅਕਾਲ ਨਮਸਕਾਰ ਵਣਕਮ ਦੇਖੋ ਜੀ ਇਸ ਬੋਰਡ ਦੇ ਉੱਥੇ ਸਭ ਤੋਂ ਪਹਿਲਾ ਮੈਂ ਊੜਾ ਐੜਾ ਲਿਖ ਕੇ ਸਰ ਤੇ ਰੱਖਿਆ ਹਰਤਾਤੇ ਘੁਮਿਆ ਕਿਉਂਕਿ ਉਹ ਊੜਾ ਐੜਾ ਸਿਰਫ ਊੜਾ ਐੜਾ ਅੱਖਰ ਨਹੀਂ ਹੈ ਵਿਰਾਸਤ ਹੈ ਉਹ ਪੰਜਾਬੀ ਸਭਿਆਚਾਰ ਹੈ ਉਹ 35 ਅੱਖਰ ਨੂੰ ਸਰ ਤੇ ਰੱਖ ਕੇ ਘੁੰਮਣਾ ਮੇਰੇ ਲਈ ਇੱਕ ਮਾਣ ਵਾਲੀ ਗੱਲ ਸੀਗਾ ਕਿਉਂਕਿ ਪੰਜਾਬੀ ਪਾਸ਼ਾ ਪ੍ਰਤੀ ਜਿਹੜੇ ਸਤਕਾਰ ਸਨਮਾਨ ਹੋਣਾ ਚਾਹੀਦਾ ਉਹ ਪੰਜਾਬੀ ਵਿੱਚ ਹੀ ਨਹੀਂ ਹੋਇਆ ਇਸ ਲਈ ਮੈਂ ਇਹ ਬੋਰਡ ਬਣਾ ਕੇ ਉਹੜਾ ੜਾ ਲਿਖ ਕੇ ਸਰ ਤੇ ਰੱਖ ਕੇ ਘੁੰਮਣ ਦਾ ਇੱਕ ਸ਼ੁਰੂਆਤ ਹੋਇਆ ਉਸ ਤੋਂ ਬਾਅਦ ਪੰਜਾਬੀ ਪਵਿੱਤਰ ਪਾਸ਼ਾ ਦੇ ਵਿੱਚ ਇੰਨੀ ਰੂਹਾਨੀਤ ਪਰਿ ਪਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਤਿਆਰੀ ਗਾਣੇ ਗਾਉਣ ਵਾਲੇ ਦੇ ਖਿਲਾਫ ਇਹ ਕਿ ਕੁਝ ਕੁਝ ਲਿਖ ਕੇ ਮੈਂ ਸਰਤੇ ਰੱਖ ਕੇ ਇਹ ਬੋਰਡ ਲੈ ਕੇ ਘੁੰਮਣ ਲੱਗ ਗਿਆ ਤੇ ਲੋਕਾਂ ਨੂੰ ਜਾਗਰੂਤ ਕਰਨ ਦਾ ਮੇਰਾ ਮਕਸਦ ਸੀਗਾ ਉਸ ਤੋਂ ਬਾਅਦ ਇਹ ਸਾਰੇ ਕਾਰਜ ਸ਼ੁਰੂ ਹੋਇਆ ਤੇ ਹਾਈਕ ਮਾਨੂ ਹਾਈ ਕੋਰਟ ਉੱਜਾ ਕੇ ਇਸ ਦੇ ਖਿਲਾਫ ਜਿਹੜੀ ਲੱਚਰ ਗਾਣਾ ਗਾਉਂਦੇ ਨੇ ਸ਼ਰਾਬੀ ਗਾਣਾ ਗਾਉਂਦੇ ਨੇ ੜਕਾਓ ਗਾਣਾ ਗਾਉਂਦੇ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਦਰਸ਼ਕਾਂ ਨੂੰ ਦੱਸ ਦੇ ਵੀ ਅਜ ਸਿੱਤੂ ਮੂਸੇ ਵਾਲੇ ਸਮੇਤ ਕਈ ਇਸੇ ਪੰਜਾਬੀ ਸਿੰਗਲ ਕਾਰਨ ਔਜਲਾ ਆ ਉਹਨਾਂ ਦੀ ਇੱਕ ਲੰਬੀ ਚੌੜੀ ਲਿਸਟ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਕੇਸ ਜਾਂ ਮੁਕੱਦਮੇ ਜਦੋਂ ਚੱਲਦੇ ਨੇ ਤੇ ਉਹ ਉਸੇ ਪਟੀਸ਼ਨ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨੱਥ ਪਾਣ ਦੀ ਜਿਹੜੀ ਕੋਸ਼ਿਸ਼ਾਂ ਹੁੰਦੀਆਂ ਜੋ ਕਿ ਪੰਡਿਤਰਾਉਤਾਰ ਇਨਵਰ ਵੱਲੋਂ ਦਾਖਲ ਕੀਤੀ ਗਈ ਸੀ ਤੇ 2019 ਵਿੱਚ ਇੱਕ ਬੜਾ ਵੱਡਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ ਸੀ ਪੰਡਿਤ ਜੀ ਤੁਸੀਂ 2003 ਵਿੱਚ ਚੰਡੀਗੜ੍ਹ ਆਂਦੇ ਹੋ ਤੁਸੀਂ ਸਰਕਾਰੀ ਜਿਹੜਾ ਕਾਲਜ ਐਥੇ ਸੈਕਟਰ 46 ਦੇ ਵਿੱਚ ਉੱਥੇ ਸੋਸ਼ੀਓਲੋਜੀ ਦੇ ਅਸਿਸਟੈਂਟ ਪ੍ਰੋ Uh, 2005 ਦੇ ਵਿੱਚ ਜਾ ਕੇ ਤੁਹਾਡਾ ਪੰਜਾਬੀ ਦੇ ਪ੍ਰਤੀ ਇੱਕ ਮੋਹ ਤੇ ਪਿਆਰ ਪ੍ਰੇਮ ਇਸ ਬੋਲੀ ਪਾਸ਼ਾ ਦੇ ਪ੍ਰਤੀ ਪੈਦਾ ਹੁੰਦਾ ਹੈ ਇਹ ਸਫਰ ਕਿਉਂ ਕਿਵੇਂ ਕਿੱਥੇ ਸ਼ੁਰੂ ਹੋਇਆ ਹੈ ਕਾਰਨ ਕੀ ਸੀ ਪੰਜਾਬੀ ਬੋਲੀ ਹੀ ਕਿਉਂ ਤੁਸੀਂ ਤਾਂ ਕੰਨੜ ਤੋਂ ਉਹਦਾ ਬੇਸ ਕੀ ਸੀ ਬਿਲਕੁਲ ਦੇਖੋ ਜੀ 2003 ਦੇ ਵਿੱਚ ਮੈਂ ਬਤੌਰ ਸਹਾਇਕ ਪ੍ਰੋਫੈਸਰ ਜੋ ਨਿਯੁਕਤ ਹੋ ਕੇ ਕਾਲਜ ਦੇ ਵਿੱਚ ਜੁਆਇਨ ਕੀਤਾ ਉਸ ਤੋਂ ਬਾਅਦ 2005 ਤੱਕ ਮੈਂ ਸੋਸ਼ੀਓਲੋਜੀ ਨੂੰ ਅੰਗਰੇਜ਼ੀ ਵਿੱਚ ਪੜਾ ਰਿਹਾ ਮੈਨੂੰ ਇੱਕ ਦਿਨ ਇਹ ਅੰਝ ਲੱਗਿਆ ਕਿ ਸਾਡੇ ਕਲਾਸ ਦੇ ਵਿੱਚ 80 ਪ੍ਰਤੀਸ਼ਤ ਬੱਚੇ ਪੰਜਾਬ ਤੋਂ ਆਉਂਦੇ ਨੇ ਜਿਨ੍ਹਾਂ ਦੇ ਮਾਬੂਲੀ ਪੰਜਾਬੀ ਹੈ ਪਰ ਮੈਂ ਅੰਗਰੇਜ਼ੀ ਵਿੱਚ ਪੜਾਉਂਦੇ ਰਿਹਾ ਮੈਂ ਸੋਚਿਆ ਇਹ ਗਲਤ ਹੈ ਮੈਨੂੰ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਵਿੱਚ ਹੀ ਉਹਨਾਂ ਨੂੰ ਪੜਾਉਣ ਦੀ ਲੋੜ ਹੈ ਸੋਸ਼ੀਓਲੋਜੀ 2005 ਤੱਕ ਮੈਂ ਅੰਗਰੇਜ਼ੀ ਵਿੱਚ ਪੜਾਉਂਦੇ ਰਿਹਾ ਸੋਸ਼ੀਓਲੋਜੀ ਨੂੰ ਮੈਨੂੰ ਇੰਜ ਲੱਗਿਆ ਇੱਕ ਦਿਨ ਕਿ ਸਾਡੇ ਕਲਾਸ ਦੇ ਵਿੱਚ 80% ਬੱਚੇ ਪੰਜਾਬ ਤੋਂ ਆਉਂਦੇ ਨੇ ਜਿਨ੍ਹਾਂ ਦੇ ਮਾਪੋਲੀ ਪੰਜਾਬੀ ਐ ਮੈਂ ਅੰਗਰੇਜ਼ੀ ਵਿੱਚ ਪੜਾਉਂਦੇ ਰਿਹਾ ਮੈਂ ਸੋਚਿਆ ਇਹ ਗਲਤ ਹੈ ਮੈਨੂੰ ਪੰਜਾਬੀ ਪਾਠ ਸਿੱਖੇ ਪੰਜਾਬੀ ਵਿੱਚ ਹੀ ਪੜਾਉਣ ਦੀ ਲੋੜ ਹੈ ਇਸ ਲਈ ਮੈਂ 35 ਅੱਖਰ ਸਿੱਖਣ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਵਿੱਚ ਹੀ ਪੜਾਉਣ ਲੱਗਿਆ ਉਸ ਤੋਂ ਬਾਅਦ ਇਸ 35 ਅੱਖਰ ਦੀ ਇੰਨੀ ਪ੍ਰਭਾਵ ਇੰਨੀ ਸ਼ਕਤੀ ਹੈ ਦੇਖੋ ਉਹ ਪਾਠ ਸਿੱਖਣ ਤੋਂ ਬਾਅਦ 35 ਸਿੱਖਣ ਤੋਂ ਬਾਅਦ ਮੈਂ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਆਸਾ ਦੀ ਵਾਰ ਨੂੰ ਮੇਰੇ ਪਾਠਾ ਕੰਨੜ ਵਿੱਚ ਅਨੁਵਾਦ ਕਰਤਾ ਇਸ ਤੋਂ ਬਾਅਦ ਕਰਨਾਟਕ ਦੇ 12ਵੀਂ ਸਦੀ ਦੇ ਜਿਹੜੇ ਸੰਤ ਨੇ ਬਸਵੰਨਾ, ਅੱਲੰਮ ਪ੍ਰਭੂ, ਅਕਮਾ ਦੇਵੀ ਉਹਨਾਂ ਦੇ ਵਚਨ ਨੂੰ ਅਸੀਂ ਮੈਂ ਕੰਨੜ ਭਾਸ਼ਾ ਤੋਂ ਪੰਜਾਬੀ ਚ ਅਨਵਾਦ ਕਰਤਾ ਇਹ ਸਾਰੇ ਕਾਰਜ ਸ਼ੁਰੂ ਹੋਇਆ ਉਸ ਤੋਂ ਬਾਅਦ ਸਰ ਮੈਂ ਤੁਹਾਨੂੰ ਦੱਸ ਦੇਵਾਂ ਰਦੀ ਸਾਹਿਬ ਇਹ ਪ੍ਰਭੂ ਦੀ ਕਿਰਪਾ ਹੈ ਇਹ ਇੱਕ ਇੱਕ ਪਰਮਾਤਮਾ ਦੀ ਜੇ ਕਿਰਪਾ ਹੋਵੇ ਉਹ ਜਾਂ ਕੰਮ ਕੰਮ ਕਰਨ ਲਈ ਉਹ ਪ੍ਰੇਰਿਤ ਉਤਸ਼ਾਹਿਤ ਕਰ ਦੇਣ ਜਿਵੇਂ ਮੈਂ ਪੰਜਾਬੀ ਭਾਸ਼ਾ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡਾ ਜਿਹੜਾ ਟੀਚਾ ਸੀ ਮੁੱਖ ਤੌਰ ਤੇ 2005 ਤੋਂ ਬਾਅਦ ਤੁਸੀਂ ਸ਼ੁਰੂ ਕੀਤਾ ਲਗਭਗ 10 ਸਾਲ 2015-16 ਤੱਕ ਤੁਸੀਂ ਸਿਰਫ ਪੰਜਾਬੀ ਭਾਸ਼ਾ ਲਈ ਕੰਮ ਕੀਤਾ ਉਸ ਵਕਤਾਂ ਗਾਣਿਆਂ ਦੇ ਲਚਰ ਗਾਇਕੀ ਗੂਗੀ ਦਾ ਕੋਈ ਗੱਲ ਨਹੀਂ ਸੀ ਉਸ ਦੌਰਾਨ ਕੀ ਸਫਰ ਸੀ ਉਸ ਦੌਰਾਨ ਕੀ ਕੁਝ ਕਰ ਰਹੇ ਸੀ ਤੁਸੀਂ ਐਕਟੀਵਿਜ਼ਮ ਕਿ ਕਹੋ ਜਾ ਸੀ ਤੇ ਕਿਉਂ ਕਰ ਰਹੇ ਸੀ ਲੱਗ ਰਿਹਾ ਸੀ ਪੰਜਾਬੀ ਬੋਲੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਪੰਜਾਬੀ ਬੋਲੀ ਨੂੰ ਬਣਦਾ ਮਾਨ ਨਹੀਂ ਮਿਲ ਪਾਰਿਆ ਉਹ ਤੇ ਜੋ ਐਕਸੈਪਟੈਂਸ ਨਹੀਂ ਹੈ ਯੂਥ ਸ਼ਾਇਦ ਉਹਨਾਂ ਪ੍ਰਾਊਡ ਫੀਲ ਨਹੀਂ ਕਰਦੇ ਜਦੋਂ ਪੰਜਾਬੀ ਦੇ ਵਿੱਚ ਆਪਸ ਵਿੱਚ ਗੱਲਬਾਤ ਕਰਦੇ ਨੇ ਆ ਵਿਚਰਦੇ ਨੇ ਬਿਲਕੁਲ ਮੈਂ ਬਹੁਤ पंजाब पंजाबी लोग ही पंजा भाषा बोलन दे मान महसूस नहीं करते कर, दे, कर दे सामने अपने नाम पंजाबी नहीं लिखते किताब खरीद के नहीं पढ़ते इतने ज्ञानपीठ पुरस्कार बहुत घट ने सिर्फ डेढ़ एक प्रोफेसर गुरुदयाल सिंह साहब में मिले उस तो बाद अमृत अमृता प्रीतम मिले जबकि कन्नड़ भाषा लिया अट्ठ गपीढ़ ਫੀਟ ਪੁਰਸਕਾਰ ਮਿਲ ਚੁਕੇ ਨੇ ਤੇ ਮੈਨੂੰ ਲੱਗੇ ਕਿ ਪੰਜਾਬੀ ਪਾਸ਼ਾ ਦੀ ਜਿਹੜੀ ਸਮਾਨ ਹੈ ਸਤਕਾਰ ਹੈ ਉਹ ਕਟ ਹੈ ਭਾਈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਪਾਸ਼ਾ ਦਾ ਨਾਮੋ ਨਿਸ਼ਾਨਾ ਮਿਟਾਇਆ ਗਿਆ ਸੀ ਮੈਂ ਸੋਚਿਆ ਕਿ ਇਹ ਗਲਤ ਹੈ ਇਸ ਲਈ ਮੈਂ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪੰਜਾਬੀ ਪਾਸ਼ਾ ਲਾਗੂ ਕਰਾਉਣ ਲਈ ਉਹ 2015 ਤੱਕ ਮੈਂ ਕੋਸ਼ਿਸ਼ ਕੀਤੀ تھی ਤੇ ਅਦਰ-ਹਰ ਤਾਤੇ ਪੰਜਾਬੀ ਵਿੱਚ ਬੋਰਡ ਲਿਖਾਉਣ ਦਾ ਕੰਮ ਕਰਨਾ ਸਰਕਾਰ ਤਾਂ ਕਿੰਨਾ ਔਖਾ ਸੀ ਇਸ ਕੀ ਕੀ ਸੰਘਰਸ਼ ਸੀ ਕਿਉਂ ਸ਼ੁਰੂਆਤੇ ਵਿੱਚ ਇਸ ਨੂੰ ਡਰਾਮੇਬਾਜ਼ੀ ਵੀ ਸ਼ਾਇਦ ਸਮਝਿਆ ਜਾਂਦਾ ਰਹੇ ਵੀ ਸਮਝਿਆ ਰਹੇ ਪ੍ਰੋਫੈਸਰ ਸਾਹਿਬ ਹਾਲਾਂਕਿ ਦੇਖੋ ਪੰਜਾਬੀਆਂ ਨੇ ਤੇ ਸਿੱਖ ਜਗਤ ਦੇ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਕੀਤਾ ਕਿ ਕਨਾਰਨਾਟਕ ਕਨਾਰਨਾਟਕ ਦਾ ਇੱਕ ਪ੍ਰੋਫੈਸਰ ਨੇ ਆ ਕੇ ਪੰਜਾਬੀ ਦਾ ਇੱਕ ਇੱਕ ਬੈਨਰ ਚੁੱਕਿਆ ਜਾਂ ਪੰਜਾਬੀ ਦਾ ਇੱਕ ਆਪਣੇ ਮੋਢੇ ਤੇ ਲਈ ਗੱਲਬਾਤ ਲੇਕਿਨ ਉਹਦੇ ਜਿਹੜੀ ਇੱਕ ਪ੍ਰੈਕਟੀਕਲ ਐਕਸੈਪਟੈਂਸ ਹੈਗੀ ਹੈ ਲੋਕ ਉਹ ਕਰਦੇ ਵੀ ਸੀ ਠੀਕ ਹੈ ਵਾਹ ਵਾਹ ਇਹ ਤਾਂ ਅਸੀਂ ਵੀ ਕਰ ਦਨੇ ਜੀ ਇੰਟਰਵਿਊ ਵੀ ਕਰ ਲਿਆ ਵਾਹ ਵਾਹ ਵੀ ਹੋ ਗਈ ਤੁਹਾਡੀ ਤੇ ਅਸੀਂ ਤੁਹਾਨੂੰ ਸ਼ਾਬਾਸ਼ ਜੀ ਵੀ ਦੇਤੀ ਲੇਕਿਨ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੇ ਅਪਣਾਇਆ ਉਹ ਜ਼ਮੀਨੀ ਜਿਹੜਾ ਫਰਕ ਸੀ ਉਹ 8-10 ਸਾਲਾਂ ਚ ਤੁਸੀਂ ਪਾ ਸਕੇ ਜੀ ਬਿਲਕੁਲ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੀ ਜਿਹੜੀ ਸਨਮਾਨ ਨਹੀਂ ਸੀਗਾ ਉਸ ਤੋਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਕ ਜਾਗਣ ਸ਼ੁਰੂ ਕਰਤੇ ਨੇ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਪੰਜਾਬੀ ਭਾਸ਼ਾ ਦੇ ਵਿੱਚ ਬੋਰਡ ਬਣਾਉਣਾ ਸ਼ੁਰੂ ਕਰਤਾ ਚੰਡੀਗੜ੍ਹ ਪ੍ਰਸ਼ਾਸਨ ਦੇ ਹਰ ਵਿਭਾਗ ਦੇ ਬੋਰਡ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰਤੇ ਨੇ ਕਹਿਣ ਦਾ ਪਾਵ ਹੈ ਪੰਜਾਬ ਚੰਡੀਗੜ੍ਹ ਦੇ ਪਿੰਡ ਪਿੰਡ ਦੇ ਸੰਘਰਸ਼ ਕਮੇਟੀ ਬਣਿਆ ਲੋਕ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ ਇੱਕ ਮੁਹਿੰਮ ਸ਼ੁਰੂ ਹੋਇਆ ਕਿਥੇ ਨ ਕਿਥੇ ਲੋਕ ਜਾਗ ਕੇ ਆਪਣੀ ਭਾਸ਼ਾ ਦੀ ਸਤਿਕਾਰ ਕਰਨ ਲਈ ਲੋਕ ਜਾਗ ਚੁਕੇ ਨੇ ਕਹਿਣ ਦਾ ਪਾਵ ਹੈ ਮੇ ਮੈਂ ਤਾਂ ਸਿਰਫ ਇੱਕ ਟੀਚਰ ਹੋਣ ਦੇ ਨਾਤੇ ਲੋਕਾਂ ਨੂੰ ਜਗਾਉਣਾ ਮੇਰਾ ਕੰਮ ਹੈ ਲੋਕਾਂ ਨੂੰ ਜਗਾਉਣ ਲਈ ਮੈਂ ਸਰ ਤੇ ਬੋਰਡ ਰੱਖ ਕੇ ਉੜਾਣ ਨੂੰ ਲੈ ਕੇ ਹਰਥਾਤੇ ਘੁੰਮ ਕੇ ਲੋਕਾਂ ਨੂੰ ਜਗਾਉਣ ਦਾ ਕੋਸ਼ਿਸ਼ ਕੀਤੀ ਹੈ ਪੰਡਿਤ ਜੀ ਇਸ ਤੋਂ ਬਾਅਦ 2015 ਜਾਂ 16 ਤੋਂ ਬਾਅਦ ਤੁਹਾਡੀ ਜ਼ਿੰਦਗੀ ਜਾਂ ਇਸ ਪੂਰੀ ਮੂਵਮੈਂਟ ਨੇ ਜਿਹੜੀ ਤੁਹਾਡੀ ਇਹ ਜੀ ਆਪਾਂ ਨੂੰ ਮੋਬਿਲਾਈਜੇਸ਼ਨ ਕਹਿ ਸਕਦੇ ਹਾਂ ਪੰਜਾਬੀ ਮਾਂ ਬੋਲੀ ਭਾਸ਼ਾ ਲਈ ਇੱਕ ਮੋਬਿਲਾਈਜੇਸ਼ਨ ਇੱਕ ਵੱਖਰੇ ਡਾਇਰੈਕਸ਼ਨ ਚ ਤੁਰਦੀ ਹੈ ਫਿਰ ਤੁਸੀਂ ਸਿੰਗਰਾਂ ਦੇ ਮਗਰ ਪੈ ਜਾਂਦੇ ਫਿਰ ਤੁਸੀਂ ਗੀਤਕਾਰਾਂ ਦੇ ਮਗਰ ਪੈ ਜਾਂਦੇ ਹੋ ਫਿਰ ਤੁਸੀਂ ਲਿਰਿਸਟਸ ਦੇ ਮਗਰ ਪੈ ਜਾਂਦੇ ਹੋ ਅਦਾਲਤ ਵਿੱਚ ਤੁਸੀਂ ਚਲੇਗੇ ਉਹ ਕਿਵੇਂ ਕਿਉਂ ਸ਼ੁਰੂ ਕੀਤਾ ਕੰਮ ਤੁਸੀਂ ਜੀ ਜੀ ਬਿਲਕੁਲ 2016 ਤੱਕ ਮੈਂ ਪੰਜਾਬੀ ਪਾਸ਼ਾ ਦੀ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਉਸ ਤੋਂ ਬਾਅਦ ਰਿਤੀਸ਼ ਸਾਹਿਬ ਤੁਹਾਨੂੰ ਯਾਦ ਹੋਵੇਗਾ 2016 ਦੇ ਵਿੱਚ ਬੱਟਿੰਡੇ ਦੇ ਨੇੜੇ ਇੱਕ ਮੌਰ ਮੰਡੀ ਆਇਗਾ ਉੱਥੇ ਇੱਕ ਕੁਲਵਿੰਦਰ ਕੌਰ ਦੀ ਮੌਤ ਹੋਇਆ ਸੀ ਗੋਲੀ ਲੱਗ ਕੇ ਬਾ ਡਾਂਸਰ ਜਿਹੜੀ ਸੀ ਸ਼ਾਦੀ ਦੇ ਵਿੱਚ ਹਵਾਈ ਫਾਇਰਿੰਗ ਦੇ ਦੌਰਾਨ ਜੀ 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 ਦੇਖੋ 21 ਸਾਲ ਦੀ ਉਸ ਕੁੜੀ ਵਿਚਾਰੀ ਨੱਚ ਕੇ ਪੈਸੇ ਕਮਾ ਕੇ ਪੇਟ ਨੂੰ ਟਿਢ ਪਰਣ ਵਾਲੀ ਉਸ ਕੁੜੀ ਦੀ ਗੋਲੀ ਲੱਗ ਕੇ ਮੌਤ ਹੋਇਆ 3 ਮਹੀਨੇ ਦੀ ਗਰਭ ਉਤ ਸੀ ਜੀ ਉਹ ਗੋਲੀ ਲੱਗ ਕੇ ਮੌਤ ਹੋਇਆ ਮੈਂ ਹੈਰਾਨ ਹੋਇਆ ਕਿ ਸ਼ਾਦੀ ਦੇ ਦੌਰਾਨ ਤੁਸੀਂ ਲੱਚਰ ਸ਼ਰਾਬੀ ਹੱਥੀਰ ਗਾਨੀ ਕਿਵੇਂ ਚਲਾ ਸਕਦੇ ਹੋ ਤੇਔਰਤ ਨੂੰ ਕਿਵੇਂ ਨਚਾ ਸਕਦੇ ਉਹ ਵੀ ਰਾਤ 11:30 ਵਜੇ ਜਦ ਕਿ ਮਾਨਯੋਗ ਸੁਪਰੀਮ ਕੋਰਟ ਦੀ ਹਿਦਾਇਤ ਹੈ ਕਿ 10 ਵਜੇ ਤੋਂ ਬਾਅਦ ਤੁਸੀਂ ਆਵਾਜ਼ ਪ੍ਰਦੂਸ਼ਣ ਕਰਨ ਵਾਲੇ 뮤직 ਨਹੀਂ ਚਲਾ ਸਕਦੇ ਫਿਰ ਵੀ ਉਹ ਚੱਲਣ ਇਸ ਨੂੰ ਆਧਾਰ ਰਕੇ ਮਾਨਯੋਗ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਜਾ ਕੇ ਮੈਨੇ ਇੱਕ ਜਨਹਿਤਿਕ ਅਰਜ਼ੀ ਦਾ ਦਰਜ ਕੀਤੀ ਉਹਨੂੰ ਉੱਥੇ ਮੈਂ ਦਲੀਲ ਦੇ ਕਿ ਇਹ ਕਿਹਾ ਕਿ ਪੰਜਾਬ ਇੱਕ ਵਿਰਾਸਤ ਬਹੁਤ ਕਮਾਲ ਦੀ ਵਿਰਾਸਤ ਹੈ ਇਹ ਸ਼ਾਦੀ ਦੇ ਵਿੱਚ ਫਾਇਰਿੰਗ ਕਰਨਾ ਇਹ ਇਨਾਂ ਦਾ ਸੱਭਿਆਚਾਰ ਨਹੀਂ ਹੈ ਸ਼ਾਦੀ ਦੇ ਵਿੱਚ ਲੱਚਰ ਸ਼ਰਾਬੀ ਹਤਿਆਰੀ ਗਾਣੇ ਤੇ ਨੱਚਣਾ ਇਹਨਾਂ ਦਾ ਸਭਿਆਚਾਰ ਨਹੀਂ ਇਸ ਲਈ ਕੋਰਟ ਨੂੰ ਮੈਂ ਬੇਨਤੀ ਕੀਤੀ ਕਿ ਸ਼ਾਦੀ ਦੇ ਵਿੱਚ ਫਾਇਰਿੰਗ ਬੰਦ ਹੋਵੇ ਤੇ ਲੱਚਰ ਸ਼ਰਾਬੀ ਹਤਿਆਰੀ ਗਾਣਾ ਰਿਕਾਰਡਿੰਗ ਗਾਣਾ ਬੰਦ ਹੋਵੇ ਇਹ ਮੈਂ ਦਲੀਲ ਦੇਣ ਤੋਂ ਬਾਅਦ ਮਾਨੋ ਹਾਈ ਕੋਰਟ ਨੇ ਮੇਰਾ ਦਲੀਲ ਸੁਣ ਕੇ ਅਕਸੈਪਟ ਕਰਤਾ ਜਨਤੀ ਆਜ ਦਾ 2016 ਤੋਂ 2019 ਤੱਕ ਸੁਣਵਾਈ ਚਲੀ 25 ਸੁਣਵਾਈ ਹੋਇਆ ਲਗਾਤਾਰ ਮੇਰੇ ਦਲੀਲ ਸੁਨਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ 22 ਅਪ੍ਰੈਲ 2019 ਨੂੰ ਸਪਸ਼ਟ ਰੂਪ ਵਿੱਚ ਕਿਹਾ ਹੁਕਮ ਦੇ ਹਿਦਾਇਤ ਵਿੱਚ ਕਿਆ ਹੁਕਮ ਦੇ ਵਿੱਚ ਲੱਚਰ ਸ਼ਰਾਬੀ ਹਤਿਆਰਨ ਕਿਤੇ ਵੀ ਨਹੀਂ ਚੱਲਣਗੇ ਲਾਈਵ ਸ਼ੋਅ ਤੇ ਨਹੀਂ ਚੱਲਣਗੇ ਕੋਈ ਰਿਕਾਰਡਿੰਗ ਨਹੀਂ ਕਰ ਸਕਦੇ ਕੋਰਟ ਨੇ ਇਹ ਵੀ ਕਿਹਾ ਅਜਿਹੇ ਗਾਣੇ ਸਾਡੇ ਬੱਚੇ ਤੇ ਬੁਰਾ ਅਸਰ ਹੋ ਰਿਹਾ ਹੈ ਜੀ ਗਨ ਕਲਚਰ ਨੂੰ ਉਤਸ਼ਾਹਿਤ ਕਰਦਾ ਪਿਆ ਇਸ ਲਈ ਅਜਿਹੇ ਗਾਣੇ ਬੰਦ ਹੋਵੇ ਫਾਇਰਿੰਗ ਸ਼ਾਦੀ ਦੇ ਵਿੱਚ ਨਾ ਹੋਵੇ ਤੁਸੀਂ ਬੰਦੂਕ ਲੈ ਕੇ ਸ਼ਾਦੀ ਦੇ ਵਿੱਚ ਨਹੀਂ ਜਾ ਸਕਦੇ ਇਹ ਸਾਰੇ ਕੋਰਟ ਦੇ ਹੁਕਮ ਹੋਇਆ ਲੇਕਿਨ ਕੋਰਟ ਨੇ ਇਕੱਠੇ ਡੀਲ ਕਰ ਲਏ ਦੋਵੇਂ ਕੇਸ ਫਾਇਰਿੰਗ ਦਾ ਵੀ ਡੀਲ ਕਰ ਲਿਆ ਤੇ ਨਾਲੇ ਜਿਹੜੀ ਲਚਰ ਤੇ ਹਿੰਸਾ ਫੈਲਣ ਵਾਲੇ ਗਾਣੇ ਹੈ ਇਹਨਾਂ ਦੀ ਗੱਲ ਵੀ ਡੀਲ ਕਰ ਲਈ ਲੇਕਿਨ ਜਦੋਂ ਇੱਕ ਪੂਰੀ ਗੱਲਬਾਤ ਆਈ ਇਹ ਸਮਝ ਵੀ ਚਾਇਆ ਉਸ ਤੋਂ ਬਾਅਦ ਤੁਸੀਂ ਕਈ ਸ਼ਿਕਾਇਤਾਂ ਦੀ ਹੋਰ ਲੈ ਕੇ ਗਏ ਕੋਰਟ ਦੇ ਵੀ ਤੁਹਾਨੂੰ ਦੁਬਾਰਾ ਜਾਣਾ ਪਿਆ ਤੁਸੀਂ ਥਾਂ ਥਾਂ ਤੇ ਦੇਖੋ ਆਰਡਰ ਹਾਈ ਕੋਰਟ ਦੇ ਆ ਗਏ ਲੇਕਿਨ ਹਾਈ ਕੋਰਟ ਨੇ ਤਾਂ ਕਈ ਆਰਡਰ ਪਾਸ ਕੀਤੇ ਨੇ ਮਿਸਾਲ ਦੇ ਤੌਰ ਤੇ ਹਾਈ ਕੋਰਟ ਨੇ ਤਾਂ ਇਹ ਵੀ ਆਰਡਰ ਪਾਸ ਕੀਤਾ ਵੇ ਲਾਊਡ ਸਪੀਕਰਾਂ ਤੋਂ ਸਵੇਰੇ ਸਵੇਰੇ ਜੇਵੇ ਮੰਦਰਾਂ ਗੁਰਦੁਆਰਿਆਂ ਚ ਜਿਹੜੇ ਉੱਚੀ ਹਾਈ ਡੈਸੀਬਲ ਤੇ ਸਾਊਂਡ ਛੱਡੀ ਜਾਂਦੀ ਹੈ ਲੇਕਿਨ ਉਹ ਪਿੰਡਾਂ ਚ ਵੱਜਦੇ ਨੇ ਲੋਕ ਉਹਤੇ ਹੱਥ ਨਹੀਂ ਪਾਉਂਦੇ ਤੇ ਇਹ ਗੱਲਾਂ ਵੀ ਹੋ ਰਹੀਆਂ ਨੇ ਅੱਜ ਵੀ ਗਾਣੇ ਹੋ ਰਹੇ ਨੇ ਹਵਾਈ ਫਾਇਰਿੰਗ ਵੀ ਹੋਈ ਜਾ ਰਹੀ ਹੈ ਠੀਕ ਹੈ ਨਾ ਉਹ ਜਿੱਥੇ ਫੜੀ ਜਾਵੇ ਜਿੱਥੇ ਕੋਈ ਘਟਨਾ ਹੋ ਜੇ ਤਾਂ ਨੋਟਿਸ ਆ ਜਾਂਦੀ ਹੈ ਲੇਕਿਨ ਇਹ ਜਨਾ ਪ੍ਰੈਕਟੀਕਲੀ ਗਰਾਊਂਡ ਤੇ ਨਹੀਂ ਹੋ ਪਾ ਰਹੀਆਂ ਤੇ ਜਦੋਂ ਫਿਰ ਬਾਰ ਬਾਰ ਤੁਹਾਨੂੰ ਕੋਰਟਾਂ ਜਾਣਾ ਪੈਂਦਾ ਬਾਰ ਬਾਰ ਚਿੱਠੀਆਂ ਲਿਖਣੀਆਂ ਪੈਂਦੀਆਂ ਅੱਜ ਵੀ ਤੁਸੀਂ ਸਿੱਧੂ ਮੂਸੇਵਾਲਾ ਦੇ ਜਿਹੜਾ ਸੰਜੀ ਸੰਜੁਗ ਜਿਹੜਾ ਗਾਣਾ ਆ ਰਿਹਾ ਹੈ ਉਸ ਉੱਤੇ ਸ਼ਿਕਾਇਤ ਕਰਕੇ ਆਏ ਹੋ ਸਾਈਬਰ ਕੋਰਟ ਦੇ ਵਿੱਚ ਇਹ ਕਿਉਂ ਹੋ ਰਿਹਾ ਹੈ ਮਿਲ ਹਾਈ ਕੋਰਟ ਤੇ ਆਰਡਰ ਹੈ ਲੇਕਿਨ ਤੁਹਾਡੇ ਵਰਗੇ ਬੰਦੇ ਨੂੰ ਬਾਰ ਬਾਰ ਫਿਰ ਚਿੱਠੀਆਂ ਲਿਖਣੀਆਂ ਪੈਣ ਇਟ ਮੀਨਸ ਕਿ ਜ਼ਮੀਨੀ ਤੌਰ ਤੇ ਪੰਜਾਬ ਸਰਕਾਰਾਂ ਨੇ ਜਾਂ ਇਨਫੋਰਸਮੈਂਟ ਏਜੰਸੀਜ਼ ਨੇ ਗੱਲ ਮੰਨੀ ਨਹੀਂ ਹੈ ਉਹ ਖੁਦ ਲਾਗੂ ਨਹੀਂ ਕਰਵਾ ਰਹੇ ਚੀਜ਼ਾਂ ਜਿਹੜੀਆਂ ਕਿ ਬਣਦੀਆਂ ਨੇ ਬਿਲਕੁਲ ਮੈਂ ਮੰਨਦਾ ਇਹ ਤੁਹਾ बहुत सारे लोगों ने बहुत सारे गायक ने शराब हत्या ने गाना गा रहे ने जो ऑफ कोर्ट है इसलिए मैं ऑफ कोर्ट फाइल करता है कोविड 19 होने कारण uh, सुनवाई नहीं होया है इसलिए संजू वर्गे जो गाना सिद्धू मौसा क्ढ़े ने गैर गैरकानूनी है Hmm. इसलिए अर्पित शुक्ला साहब ने वो केस दर्ज करते हैं, हूँ केस चलेगी hmm. उ उन्होंने बेल नहीं मिलेगी बेल कैंसल होएगी, hmm. कहन का पाव है सर ना सिर्फ ये सीधू मूसावाले ने एक सीख है एक पाठ है बल्कि इस पवित्र पाशादे विच लच्छर शराबी हत्यारी गाने गाने वाले पावे आरनेट हो वे। hmm. ਕਿਰਨ ਨਾਜ਼ਲਾ ਹੋਵੇ ਪਾਵੇ ਕੋਈ ਹੋਵੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਏਗੀ ਕਿਉਂਕਿ ਮਾਨਯੋਗ ਹਾਈ ਕੋਰਟ ਦਾ ਮੰਨਣਾ ਹੈ ਕਿ ਅਜੇ ਗਾਣਾ ਬੰਦ ਹੋਇਆਰਤਾਤੇ ਜੇਕਰ ਗਾਉਣਗੇ ਇੱਕ ਇੱਕ ਕਰਕੇ ਜਿਲ ਜਾਣਗੇ ਸਰ ਤੁਸੀਂ ਆਉਣ ਵਾਲੇ ਸਮੇਂ ਦੇ ਦੇਖੋ ਨਹੀਂ ਲੇਕਿਨ ਤੁਸੀਂ ਇੱਕ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਲੋਕ ਜਦੋਂ ਇਹੋ ਜਿਹੇ ਗਾਣੇ ਗਾਉਂਦੇ ਨੇ ਬਹੁਤ ਪਪੂਲਰ ਨੇ ਉਹ ਗਾਣਿਆਂ ਨੂੰ ਹੰਗਾਰਾ ਮਿਲਦਾ ਹੈ ਯੂਥ ਉਹਦੇ ਨਾਲ ਰਿਲੇਟ ਕਰਦਾ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਐਸਾ ਇੱਕ ਮਾਹੌਲ ਵੀ ਬਣਦਾ ਜਾ ਰਿਹਾ ਵੀ ਅਸੀਂ ਜਿਹੜਾ ਵੀ ਕ੍ਰੀਏਟਿਵ ਐਕਸਪ੍ਰੈਸ਼ਨ ਹੈ ਹੁਣ ਦੇਖੋ ਨਾ ਇਹ ਵੀ ਆਪਣੀ ਅਭਿਵਿਅਕਤੀ ਦੀ ਆਜ਼ਾਦੀ ਹੁੰਦੀ ਹੈ ਫਰੀडम ਆ ਫਿਲਮਾਂ ਬਣਦੀਆਂ ਨੇ ਹਿੰਦੀ ਚ ਬਣਦੀਆਂ ਨੇ ਯੂ ਨੋ ਬਾਲੀਵੁੱਡ ਚ ਬਣਦੀਆਂ ਨੇ ਹਾਲੀਵੁੱਡ ਚ ਬਣਦੀਆਂ ਨੇ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਅਸੀਂ ਉਹ ਫਿਲਮਾਂ ਨੂੰ ਤਾਂ ਦੇਖਦੇ ਆ ਉੱਥੇ ਤਾਂ ਉਹਨਾਂ ਦੇ ਗਾਣੇ ਤੇ ਰੋਕ ਲਈ ਨਹੀਂ ਜਾਂਦੀ ਇੱਥੇ ਅਸੀਂ ਕੋਈ ਵੀ ਫਿਲਮ ਬਣਨ ਲੱਗੀ ਇੱਕ ਸ਼ੂਟਰ ਫਿਲਮ ਆਨ ਲੱਗੀ ਸਰਕਾਰ ਨੇ ਉਸ ਉੱਤੇ ਬੈਨ ਲਾਤਾ ਇਸ ਤਰੀਕੇ ਦੇ ਗਾਣੇ ਬੰਦੇ ਨੇ ਪਬਲਿਕ ਤਾਂ ਇਸ ਨੂੰ ਐਕਸੈਪਟ ਕਰ ਰਹੀ ਹੈ ਯੂਥ ਐਕਸੈਪਟ ਕਰ ਰਿਹਾ ਹੈ ਇਹ ਵੀ ਮੰਨਣਾ ਪੈਣਾ ਹੈ ਇਹ ਵੀ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ ਵੀ ਅਦਾਲਤਾਂ ਜਾ ਕੇ ਲੜ ਕੇ ਏਜੰਸੀਆਂ ਤੋਂ ਪੁਲਿਸ ਤੋਂ ਨਾਕਾਬੰਦੀ ਕਰਵਾ ਕੇ ਤੁਸੀਂ ਕਿੰਨਾ ਖਾਤ ਤੱਕ ਇਹ ਕਲਚਰਲ ਪੋਲੂਸ਼ਨ ਰੋਕ ਲੂਗੇ ਜਿਹਨੂੰ ਤੁਸੀਂ ਕਲਚਰਲ ਪੋਲੂਸ਼ਨ ਕਹਿੰਦੇ ਹੋ ਲੇਕਿਨ ਯੁਵਾ ਤਾਂ ਇਸ ਨੂੰ ਆਪਣੇ ਰੋਲ ਮਾਡਲ ਮੰਨਦਾ ਸਿੱਧੂ ਮੂਸੇਵਾਲਾ ਦੀ ਫਾਲਿੰਗ ਕਿੰਨੀ ਜ਼ਿਆਦਾ ਹੈਗੀ ਹੈ ਲੋਕ ਹਲੇ ਵੀ ਉਹ ਚੀਜ਼ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈਗੇ ਜੋ ਚੀਜ਼ਾਂ ਤੁਸੀਂ ਕਹਿ ਰਹੇ ਹੋ ਜੀ ਯਾ ਤੋ ਬਹੁਤ ਕੁਝ ਸੁਣਨਾ ਚਾਹੁੰਦੇ ਨਹੀਂ ਤੁਸੀਂ ਕਿਹ ਗਾ ਸਕਦੇ ਹੋ ਯਾ ਤਾਂ ਸਤੀ ਸਤੀ ਪ੍ਰਤਾਪ ਬਾਰੇ ਗਾਣਾ ਸੁਣਨਾ ਚਾਹੁੰਦੇ ਨੇ ਤੁਸੀਂ ਗਾਓਗੇ ਯਾ ਤਾਂ ਜਾਤੀ ਜਾਤੀਵਾਦ ਦੇ ਬਾਰੇ ਗਾਣਾ ਸੁਣਨਾ ਚਾਹੁੰਦੇ ਨੇ ਤੁਸੀਂ ਗਾ ਸਕਦੇ ਹੋ ਨਹੀਂ ਗਾ ਸਕਦੇ ਕਿਉਂਕਿ ਉਹ ਗੈਰ ਕਾਨੂੰਨ ਨੇ ਇਦਾ ਹੀ ਤੁਸੀਂ ਕਿਸੇ ਨੂੰ ਬੜਕਾਉਗਾ ਗਾਣਾ ਜੀ ਕਿਸੇ ਕੀ ਯੂਥ ਨੂੰ ਗਲਤ ਰਾਹ ਤੇ ਲੈ ਜਾਣ ਵਾਲੇ ਗਾਣਾ ਨਹੀਂ ਗਾ ਸਕਦੇ ਗਾ ਸ਼ਰਾਬ ਦੇ ਉਤਸਵਤ ਕਰਦੇ ਹੋਏ ਗਾਣਾ ਨਹੀਂ ਗਾ ਸਕਦੇ ਜੋ ਲੋਕਾਂ ਤੇ ਅਸਰ ਹੁੰਦੇ ਨੇ ਦੇਖੋ ਸਰ ਇਹ ਇਹ ਇਹਦਾ ਪੈਮਾਨਾ ਕੀ ਹੈ ਕਿਉਂਕਿ ਦੇਖੋ ਸਵਾਲੇ ਪੈਦਾ ਹੁੰਦਾ ਵੀ ਅਸੀਂ ਜਦੋਂ ਐਸੇ ਗਾਰਨੇ ਫਿਲਮ ਮਤਲਬ ਕੀ ਸਮਾਜ ਦੇ ਵਿੱਚ ਜਿਹੜਾ ਵੀ ਨਿਗਾਰ ਆ ਰਿਹਾ ਹੈ ਖੜੋਤ ਆ ਗਈ ਆਪਾਂ ਕਹਿ ਸਕਦੇ ਥੱਲੇ ਦੇ ਲੈਵਲ ਹੋ ਰਹੇ ਨੇ ਨਿਗਾਰ ਆ ਰਿਹਾ ਹੈ ਉਹ ਇਹਨਾਂ ਗਾਣਿਆਂ ਦੇ ਕਾਰਨ ਹੈ ਇਹਦੀ ਕੋਈ ਸੈਂਟਿਫਿਕ ਸਟੱਡੀ ਤਜੇ ਤੱਕ ਹੋਈ ਨਹੀਂ ਇਹ ਤਾਂ ਇਹ ਤਾਂ ਥੋੜੀ ਸੋਚ ਹੈਗੀ ਵੀ ਜੀ ਗਾਣੇ ਸੁਣ ਕੇ ਲੋਕ ਵਾਇਲੈਂਟ ਹੋ ਜਾਣਗੇ ਗਾਣੇ ਸੁਣ ਕੇ ਲੋਕ ਪ੍ਰਭਾਵਿਤ ਹੋ ਜਾਣਗੇ ਲੇਕਿਨ ਵਾਇਲੈਂਸ ਤਾਂ ਜਿਹੜਾ ਹੋਰ ਹਾਲਾਤ ਬਹੁਤ ਨੇ ਦੇਖੋ ਸੂਬੇ 'ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਸੂਬੇ 'ਚ ਨਸ਼ਾ ਬਹੁਤ ਜ਼ਿਆਦਾ ਹੈ ਹੁਣ ਇਹ ਆਪਾਂ ਕਹੇ ਦੇ ਵੀ ਜੀ ਨਸ਼ਾ ਆਦਮੀ ਬੇਰੋਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਨਹੀਂ ਉਹ ਗਾਣੇ ਸੁਣ ਕੇ ਨਸ਼ਾ ਕਰਨਾ ਸ਼ੁਰੂ ਕਰਦਾ ਇਹ ਵੀ ਤਾਂ ਆਪਣੇ ਵਿੱਚ ਇੱਕ ਅਲੱਗ ਥਿਉਰੀ ਹੈ ਨਾ ਇਹਨੂੰ ਅਸੀਂ ਕਿੰਨਾ ਕ੍ਰੈਡੀਬਲ ਮੰਨੀਏ ਆਪਣੇ ਕੋਲ ਇਹ ਕਹਿੰਦਾ ਆਧਾਰ ਕਿੰਨਾ ਹੈ ਵੀ ਸਿਰਫ ਲਚਰ ਗਾਇਕੀ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਯੁਵਾ ਹੈ ਉਹ ਪਟਕਿਆ ਹੋਇਆ ਆਪਣੇ ਲਈ ਤੋਂ ਉਹਦੇ ਤਾਂ ਕਾਰਨ ਜ਼ਮੀਨ ਤੇ ਮੌਜੂਦ ਹੈਗੇ ਨੇ ਨਾ ਸਮਾਜਿਕ ਹਾਲਾਤ ਦੇਖੋ ਬੇਰੋਜ਼ਗਾਰੀ ਦੇਖੋ ਉਹਨਾਂ ਕੋਲ ਕੰਮਕਾਜ ਨਹੀਂ ਹੈ ਉਸ ਕਾਰਨ ਕੋ ਨਸ਼ੇ ਚ ਜਾ ਰਹੇ ਨੇ ਉਸ ਕਾਰਨ ਹਿੰਸਾ ਹੋ ਰਹੀ ਹੈ ਲੁੱਟਾਂ ਖੋਹਾਂ ਹੋ ਰਹੀਆਂ ਅਸੀਂ ਕਹੀ ਜਾ ਰਹੇ ਵੀ ਜੇ ਗਾਣੇ ਬਣਦੇ ਪਏ ਨੇ ਤਾਂ ਕਰਕੇ ਲੁੱਟਾਂ ਖੋਹਾਂ ਹੋ ਰਹੀਆਂ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਮਾਨਵਕੋਰ ਦੀ ਮੰਨਣਾ ਹੈ ਕਿ ਅਜੀ ਗਾਣੇ ਯੁਵਕ ਨੂੰ ਗਲਤ ਰਾਹ ਤੇ ਲੈ ਜਾਂਦੇ ਨੇ ਜੇਕਰ ਤੁਸੀਂ ਕੋਟ ਦੀ ਗੱਲ ਮੰਨਦੇ ਹੋ ਤਾਂ ਇਹੋ ਜਿਹਾ ਗਾਣਾ ਬੰਦ ਹੋਣਾ ਚਾਹੀਦਾ ਮੈਂ ਇੱਕ ਹੀ ਸਵਾਲ ਪੁੱਛਦਾ ਹਾਂ ਕਿਹਾ ਇਹ ਗਾਇਕ ਚੰਗੇ ਗਾਣਾ ਕਿਉਂ ਨਹੀਂ गा ਸਕਦੇ ਜਿਵੇਂ ਪੰਜਾਬ ਪੰਜਾਬ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨਸ਼ੇ ਦੇ ਖਿਲਾਫ गाने बेरोजगारी ਦੇ ਖਿਲਾਫ ਗਾਣੇ ਬਟਿੰਡਾ ਦੇ ਬੈਲਟ ਦੇ ਵਿੱਚ ਬਹੁਤ ਸਾਰੇ ਕੈਂਸਰ ਪੀੜਿਤ ਲੋਕ ਨੇ ਉਹਨਾਂ ਦਾ ਦਰਦ ਨੂੰ ਦਰਸਾਉਣ ਵਾਲੇ ਗਾਣੇ ਕਿਉਂ ਨਹੀਂ ਗਾ ਸਕਦੇ ਪਰ ਸਿਰਫ ਤੁਸੀਂ ਹਥਿਆਰ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਸ਼ਰਾਬ ਨੂੰ ਉਤਸ ਕਰਨ ਵਾਲੇ ਗਾਣੇ ਨਹੀਂ ਗਾ ਸਕਦੇ ਬੋਲਣ ਦੀ ਆਜ਼ਾਦੀ ਕਹ ਕੇ ਤੁਸੀਂ ਕੋ ਮਨਮਰਜ਼ੀ ਨਹੀਂ ਗਾ ਸਕਦੇ ਜੋ ਗੈਰ ਕਾਨੂੰਨ ਨੇ ਇਸ ਲਈ ਜ ਚੰਗੇ ਸਮਾਜ ਦੀ ਸੋਚਨਾ ਲਈ ਤੁਸੀਂ ਚੰਗੇ ਗਾਣਾ ਗਾਣਾ ਚਾਹੀਦਾ ਦੇਖੋ ਸਿੱਧੂ ਮੂਸੇਵਾਲਾ ਬਹੁਤ سارے ਗਾਣਾ ਗਲਤ ਇਹਨੂੰ ਮੋਰਲਾਈਜ਼ਿੰਗ ਨਹੀਂ ਹੋ ਜਾਏਗਾ ਇਹ ਤੁਸੀਂ ਮੋਰਲਾਈਜ਼ਿੰਗ ਕਰ ਰਹੇ ਹੋ ਤੁਸੀਂ ਪ੍ਰੀਚਿੰਗ ਤੇ ਆ ਗਏ ਹੋ ਆਪਾਂ ਪ੍ਰੀਚ ਕਰਨਾ ਚਾਹ ਰਹੇ ਹਾਂ ਦੇਖੋ ਸਿਨੇਮਾ ਹੈ ਇੰਡਸਟਰੀ ਹੈ ਇੱਕ ਜਗਤ ਹੈ ਐਂਟਰਟੇਨਮੈਂਟ ਦਾ ਜਗਤ ਹੈ ਮਨੋਰੰਜਨ ਦਾ ਜਗਤ ਹੈ ਉਸਨੇ ਆਪਣੇ ਇੱਕ ਰੋ ਦੇ ਵਿੱਚ ਕੰਮ ਕਰਨਾ ਉਸ ਦਾ ਇੱਕ ਵਰਾ ਉਸ ਦਾ ਟੇਸਟ ਹੈ 유ਵਾਵਾਂ ਨੂੰ ਪ੍ਰੀਚਿੰਗ ਘੱਟ ਚਾਹੀਦੀ ਹੈ ਦੇਖੋ ਪ੍ਰੀਚ ਕਰਨਾ ਇੱਕ ਅਲੱਗ ਗੱਲ ਹੈ ਪ੍ਰੀਚਿੰਗ ਕੰਮ ਕਰਨ ਲਈ ਕੋਈ ਹੋਰ ਚੀਜ਼ਾਂ ਹੈਗੀਆਂ ਨੇ ਲੇਕਿਨ ਜੇ ਸਿਨੇਮਾ ਦੀ ਗੱਲ ਹੈ ਠੀਕ ਹੈ ਚੰਗੀ ਗੱਲ ਹੈ ਸਿਨੇਮਾ ਚੰਗੇ ਮੈਸੇਜ ਦੇਵੇ ਜਿਹੜੀਆਂ ਫਿਲਮਾਂ ਬਣ ਸਕਦੀਆਂ ਬਣਨ ਉਹਨਾਂ ਨੂੰ ਵੀ ਬਹੁਤ ਰੋਚਕ ਦੇਖੋ 유ਵਾਵਾਂ ਨੂੰ ਜੇ ਕੋਈ ਸਿੱਖ ਦੇਣੀ ਹੈ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਚ ਸਮਝਾਉਣਾ ਪਏਗਾ ਜੇ ਤੁਸੀਂ ਹਥਿਆਰ ਦੀ ਜਾਂ ਨਸ਼ੇ ਦੀ ਜਾਂ ਐਸੀ ਕਿਸੇ ਵੀ ਗੱਲਬਾਤ ਦੇ ਬੁਰੇ ਪ੍ਰਭਾਵਾਂ ਦੀ ਗੱਲ ਕਰਨੀ ਹੈ ਤਾਂ ਵੀ ਤੁਹਾਨੂੰ ਉਹਨਾਂ ਨੂੰ ਦਿਖਾਉਣਾ ਪਏਗਾ ਤੇ ਉਹ ਮੈਸੇਜ ਤੁਸੀਂ ਕਿੰਨੇ ਸਟਰਲੀ ਦੇ ਸਕਦੇ ਹੋ ਕਿੰਨੇ ਇਹ ਇੱਕ ਵੱਖਰਾ ਇਸ਼ੂ ਹੈ ਲੇਕਿਨ ਤੁਸੀਂ ਹਰ ਚੀਜ਼ ਨੂੰ ਚੁਣੌਤੀ ਕਰ ਦਿੰਦੇ ਹੋ ਨਹੀਂ ਮੈਂ ਹਰ ਚੀਜ਼ ਨੂੰ ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਦੇਖ ਰਿਹਾ ਸਿੱਧੂ ਮੂਸੇਵਾਲਾ ਉਹ ਉਸਦੀ ਵਿਚਾਰਧਾਰਾ ਤੋਂ ਸਹਿਮਤ ਹੈ ਲੇਕਿਨ ਹੋ ਸਕਦਾ ਉਸ ਨੂੰ ਉਸਦੀ ਬੀਟ ਉਸਦੀ ਟਿਊਨ ਉਸਦਾ ਇੱਕ ਇੱਕ ਰੰਗ ਉਸਦਾ ਇੱਕ ਜਿਹੜੇ ਵਿੱਚ ਮਸਤੀ ਹੈ ਗਾਣੇ ਦੀ ਉਹ ਚ ਆਨੰਦ ਆ ਰਿਹਾ ਹੋਵੇ ਇਹ ਨਹੀਂ ਵੀ ਉਹਨੇ ਸਿੱਧੂ ਮੂਸੇਵਾਲੇ ਦੀ ਗੱਲਬਾਤ ਸੁਣ ਕੇ ਹਥਿਆਰ ਚੱਕ ਲੈਣੇ ਤੇ ਗੋਲੀਆਂ ਚਲਾਉਂਦੇ ਫਿਰਨਾ ਹੈ ਦੇ ਉਹਦੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਗੋਲੀਆਂ ਚਲਾਣ ਵਾਲੇ ਤਾਂ ਮੈਨੂੰ ਲੱਗਦਾ ਗਾਣਾ ਸੁਣ ਕੇ ਗੋਲੀਆਂ ਨਹੀਂ ਚਲਾ ਰਹੇ ਉਹ ਤਾਂ ਵੈਸੇ ਚਲਾ ਰਹੇ ਨੇ ਉਹਨਾਂ ਕੋਲ ਕਾਰਨ ਹੈ ਉਸੇ ਦਾ ਉਹਨਾਂ ਕੋਲ ਉਹ ਨਸ਼ਾ ਕਰਕੇ ਗੋਲੀ ਚਲਾ ਰਹੇ ਨੇ ਉਹ ਬੇਰੋਜ਼ਗਾਰ ਨੇ ਉਹ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਖੋਵੇ ਹੋਏ ਨੇ ਇਸ ਵਾਸਤੇ ਗੋਲੀਆਂ ਤਾਂ ਚੱਲ ਰਹੀਆਂ ਨੇ ਜਿਹੜਾ ਜਿਹੜਾ ਵਸਤਵਿਕ ਕ੍ਰਾਈਮ ਹੋ ਰਿਹਾ ਤੁਸੀਂ ਦੋਵਾਂ ਚੀਜ਼ਾਂ ਨੂੰ ਲਿੰਕ ਕਰਕੇ ਆਪਣੇ ਕ੍ਰੀਏਟੀਵਿਟੀ ਜਿਹੜੀ ਪੰਜਾਬ ਦੀ ਹੈ ਟੈਲੈਂਟ ਹੈ ਉਸ ਨੂੰ ਰੋਕਣ ਦਾ ਕੰਮ ਕਰ ਰਹੇ ਹੋ ਇਹ ਵੀ ਯਾਰ ਉਹ ਤੁਹਾਡੇ ਤੇ ਲੱਗਦੇ ਨੇ ਜੀ ਜੀ ਮੈਂ ਦੇਖੋ ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰ ਦੀ ज टु उस पिंड के बिलोंग करते जिथे मार के कसुरजदा है एंटरटेनमेंट नहीं हो सकदा है। चौथा पैग लागे देर नहीं ये एंटरटेनमेंट नहीं हो सकदा है। ये औरत की बेजती है कानून व्यवस्था की बेजती है अजि गाने ਸੀ ਐਂਟਰਟੇਨਮੈਂਟ ਜਾਂ ਇੱਕ ਯੁਵਕ ਨੂੰ ਕ੍ਰੀਏਟੀਵਿਟੀ ਦੀ ਗੱਲ ਨਹੀਂ ਕਰ ਸਕਦੇ ਕ੍ਰੀਏਟੀਵਿਟੀ ਉਹ ਹੋ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਾਰੇ ਬਾਣੀ ਨੂੰ ਬਹੁਤ ਸਾਰੇ ਦੀ ਰਸ ਨੂੰ ਉਸ ਦੀ ਰਾਗ ਨੂੰ ਵਰਤੋ ਕਰਕੇ ਚੰਗੇ ਗਾਣਾ गा ਕੇ ਚੰਗੇ ਸੁਰ ਨਾਲ गा ਕੇ ਸਮਾਜ ਨੂੰ ਸੁਧਾਰਨਾ ਕਰੀਏਟੀਵਿਟੀ ਹੈ ਬੰਦਾ ਸਿੰਘ ਬਹਾਦਰ ਦੀ ਵਾਰ ਸੁਣਾ ਕੇ ਚੰਗੀ ਸਮਾਜ ਨੂੰ ਰਚਨਾ ਕਰਨਾ ਕਰੀਏਟੀਵਿਟੀ ਹੈ ਉਹਦੇ ਵਿੱਚ ਕੋਈ ਕੋਈ ਪੰਜਾਬੀ ਕਰੀਏਟੀਵਿਟੀ ਉਹਦੇ ਵਿੱਚ ਕੋਈ ਦੋਰਾਂ ਨਹੀਂ ਹੈ ਲੇਕਿਨ ਉਹ ਇੱਕ ਅਲੱਗ ਸਬਜੈਕਟ ਨੇ ਮੈਂ ਕਹਿ ਰਿਹਾ ਵੀ ਇੱਕ ਯੂਥ ਹੈ ਉਹਦੀ ਇੱਕ ਜਵਾਨੀ ਹੈ ਇੱਕ ਟੀਨੇਜ ਤੋਂ ਉਹ ਨਿਕਲ ਕੇ ਯੂਥਫੁਲ ਜਾ ਰਿਹਾ ਹੈ ਉਸਦੇ ਆਪਣੇ ਐਸਪੀਰੇਸ਼ਨਸ ਨੇ ਫੀਲਿੰਗਸ ਨੇ ਭਾਵਨੇ ਉਹਨੂੰ 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 ਕਰੀਏਟੀਵਿਟੀ ਚਾਹੀਦੀ ਹੈ ਠੀਕ ਹੈ ਨਾ ਤੁਸੀਂ ਕੱਲ ਜ਼ਿਕਰ ਕੀਤਾ ਧਾਰਮਿਕ ਸਪਿਰਚੁਅਲ ਡਿਵੋਸ਼ਨਲ ਇਹ ਗੱਲਾਂ ਪਤਾ ਵੀ ਠੀਕ ਨੇ ਯੂਥ ਉਹਦੇ ਨਾਲ ਵੀ ਕਨੈਕਟਡ ਰਹੇ ਲੇਕਿਨ ਦਿਨ ਦੇ 24 ਘੰਟਿਆਂ ਦੇ ਵਿੱਚ ਕੁਝ ਸੀਮਿਤ ਘੰਟੇ ਹੋਣਗੇ ਨਾ ਜਦੋਂ ਉਹ ਪੂਜਾ ਪਕਤੀ ਆਪਾਂ ਕਰ ਪਾਉਂਦੇ ਆ ਬਾਕੀ ਕਿ ਕੈਸਾ ਸਮਾਂ ਹੁੰਦਾ ਜਦੋਂ ਯੁਵਾਵਾਂ ਦੇ ਵਿੱਚ ਉਹਨਾਂ ਨੂੰ ਬਹੁਤ ਕੁਝ ਹੋਰ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹ ਚੀਜ਼ਾਂ ਮਿਊਜ਼ਿਕ ਦੇ ਜ਼ਰੀਏ ਮਿਲਦੀਆਂ ਨੇ ਲੇਕਿਨ ਟੋਟਾ ਪੈਮਾਨਾ ਕੀ ਹੈ ਕ੍ਰਾਈਟੇਰੀਅਨ ਕੀ ਹੈ ਵੀ ਕਿਹੜਾ ਗਾਣਾ ਤੁਹਾਡੇ ਅਸਾਮ ਨਾਲ ਉਸ ਮਸਤੀ ਦੀ ਕੈਟਾਗਰੀ ਚਾਹੁੰਦਾ ਤੇ ਕਿਹੜਾ ਗਾਣਾ ਲਚਰਤਾ ਦੀ ਕੈਟਾਗਰੀ ਚਾਹੁੰਦਾ ਇਹਦਾ ਕੋਈ ਸੈਂਟਿਫਿਕ ਬੇਸ ਹੁੰਦਾ ਤੁਹਾਡੇ ਕੋਲ ਜਿਹਨੂੰ ਤੁਸੀਂ ਕੋਟਾਂ ਜਾਂਦੇ ਬਿਲਕੁਲ ਮਾਨਯੋਗ ਜੇ 3 ਸਾਲ ਦੇ ਵਿੱਚ ਜਿਹੜੀ ਦਲੀਲ ਹੋਇਆ ਹੈ ਕੋਰਟ ਦੇ ਵਿੱਚ ਇਹ ਕੋਰਟ ਨੇ ਬਹੁਤ ਸਾਰੇ ਇਹ ਸਵਾਲ ਪੁੱਛੇ ਕਿ ਕਿਵੇਂ ਤੈ ਕੀਤਾ ਜਾਵੇ ਕਿ 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 ਉਹ ਤੋਂ ਕਿਹੜੀ ਵਰਡ ਨੂੰ ਤੁਸੀਂ ਅ ਲਚਰਤਾ ਜਾਂ ਭੜਕਾਉ ਮੰਨਦੇ ਹੋ ਜਿਸ ਗਾਣੇ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੋਵੇ ਜਿਸ ਕਾਨੂੰਨ ਦੇ ਜਿਸ ਗਾਣੇ ਦੇ ਵਿੱਚ ਔਰਤ ਦੀ ਬੇਇੱਜ਼ਤੀ ਦੀ ਸ਼ਬਦਾਵਲੀ ਹੋਵੇ ਭੜਕਾਉ ਦੀ ਸ਼ਬਦਾਵਲੀ ਹੋਵੇ ਉਹ ਉਸ ਨੂੰ ਅਸੀਂ ਗਲਤ ਕੋਰਟ ਦੇ ਵਿੱਚ ਉਹ ਕਿਉਂਕਿ ਕੋਰਟ ਦੀ ਹਿਦਾਇਤ ਦੇ ਵਿੱਚ ਉਹ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਅਜੇ ਇਹ ਗਾਣੇ ਗਨ ਕਲਚਰ ਨੂੰ ਉਤਸ਼ਾਹਿਤ ਕਰਦੇ ਪਏ ਨੇ ਦੇਖੋ ਸਰ ਨਾ ਸਿਰਫ ਪੰਜਾਬੀ ਪਾਸ਼ਾ ਦੇ ਵਿੱਚ ਉਹ ਗਲਤ ਹੈ ਪੰਜਾਬ ਪੂਰਬ ਦੇਸ਼ ਦੇ ਵਿੱਚ ਭੋਜਪੂਰੀ कन्नड़ तमिल भाषा के गलत गाना आ रहे हैं मकसद एको एक है मानोग पंजाब हरियाणा हाई कोर्ट की जी हुकुम है ना सिर्फ पंजाब से लागू बल्कि भोजपुरी भाषा कन्नड़ भाषा तो भी लागू हो इस हुकुम हुई पूरा देश भर च लेके जावगा देखो असं सारे चंगे समाज की रचना करने की लड़ है ना सिर्फ ये गाने पर लागू होंगे सर सीरीज पर भी लागू होएगी फिल्म से भी लागू होएगी नाइनटीन फिफ्टी टू टू सिनेटोग्राफी एक्ट बनया हाले तक उसमें ਅਮੈਂਡਮੈਂਟ ਨਹੀਂ ਹੋਇਆ ਹੈ ਉਹ ਅਮੈਂਡਮੈਂਟ ਹੋਏਗੀ ਤੁਸੀਂ ਮਨਮਰਜ਼ੀ ਗੈਂਗਸਟਰ ਵਾਲੇ ਫਿਲਮ ਨਹੀਂ ਬਣਾ ਸਕਦੇ ਜਿਵੇਂ ਸ਼ੂਟਰ ਫਿਲਮ ਬੈਨ ਹੋਇਆ ਹੈ ਮਨਮਰਜ਼ੀ ਤੁਸੀਂ ਕੋਈ ਵੀ ਫਿਲਮ ਬਣਾ ਸਕਦੇ ਮੇਰਾ ਮੇਰਾ ਤਾਂ ਪੁਆਇੰਟ ਹੈ ਉਹ ਗੱਲ ਠੀਕ ਹੈ ਥੋੜੀ ਗਾਣੇ ਤੇ ਮੈਂ ਦੁਬਾਰਾ ਆਵਾਂਗਾ ਹੁਣ ਤੁਸੀਂ ਕਿ ਫਿਲਮ ਦਾ ਜ਼ਿਕਰ ਕਰਤਾ ਸ਼ੂਟਰ ਉਹ ਗੈਂਗਸਟਰਸ ਇਹ ਤਾਂ ਰੀਅਲ ਕੈਰੈਕਟਰ ਹੈ ਸੁੱਖਾ ਕਾਲਵਾ ਦੇ ਉੱਤੇ ਆਧਾਰਿਤ ਹੈ ਜਾਂ ਗੈਂਗਸਟਰਸ ਦੇ ਉੱਤੇ ਆਧਾਰਿਤ ਹੈ ਉਹ ਗੈਂਗਸਟਰਸ ਦੇ ਉੱਤੇ ਤਾਂ ਪੂਰੀ ਦੁਨੀਆ ਚ ਫਿਲਮਾਂ ਬਣਦੀਆਂ ਨੇ ਅਸੀਂ ਨਾਰਕੋਸ ਦੇਖਦੇ ਹਾਂ ਅਸੀਂ ਜਿਹੜਾ ਤਮਾਮ ਫਿਲਮਾਂ ਜਿਹੜੀਆਂ ਹਾਲੀਵੁੱਡ ਚ ਬਣੀਆਂ ਅਸੀਂ ਗੈਂਗਸ ਆਫ ਵਾਸੇਪੁਰ ਦੇਖਦੇ ਆ ਅਸੀਂ ਉਹਨਾਂ ਨੂੰ ਤਾਂ ਦੇਖ ਕੇ ਇੰਜੋਏ ਕਰਦੇ ਆ ਉਹ ਇੰਡਸਟਰੀ ਪਰਫੁੱਲਿਤ ਹੁੰਦੀ ਹੈ ਕਿਉਂਕਿ ਵਿਊਅਰਸ ਕੰਜ਼ਿਊਮਰ ਸਾਡਾ ਹੈ ਸਾਡੇ ਜੇ ਇੱਥੇ ਦੇ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਤੁਸੀਂ ਉਹਨੂੰ ਲੈ ਕੇ ਹਾਈ ਕੋਰਟ ਪਹੁੰਚ ਜਾਂਦੇ ਹੋ ਬਿਲਕੁਲ ਉਹਦਾ ਤਾਂ ਨੁਕਸਾਨ ਕੀਦਾ ਹੋ ਰਿਹਾ ਹੈ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਹੈ ਕ੍ਰੀਏਟਿਵ ਟੈਲੈਂਟ ਦੇਖੋ ਪੰਜਾਬ ਚ ਨੌਕਰੀਆਂ ਨਹੀਂ ਹੈ ਅੱਜ ਤੁਸੀਂ ਇੱਕ ਫਿਲਮ ਬੈਨ ਕਰਦੇ ਹੋ ਪੰਜਾਬ ਸਰਕਾਰ ਆਰਡਰ ਕਰ ਦਿੰਦੀ ਹੈ ਵੀ ਗੈਂਗਸਟਰਾਂ ਤੇ ਫਿਲਮਾਂ ਨਹੀਂ ਬਣਨਗੀਆਂ ਕਿਸ ਚੀਜ਼ ਤੇ ਫਿਲਮਾਂ ਬਣਾਓ ਤੁਸੀਂ ਦੱਸੋ ਨਾ ਜੇ ਨਸ਼ਿਆਂ ਦੀ ਗੱਲ ਤੁਸੀਂ ਕਰਨਾ ਬੰਦ ਕਰ ਦੋ ਗੈਂਗਸਟਰਾਂ ਦੀ ਗੱਲ ਤੁਸੀਂ ਕਰਨਾ ਫਿਰ ਫਿਲਮਾਂ ਕਿਸ ਚੀਜ਼ ਤੇ ਬਣਨਗੀਆਂ ਤੇ ਕਿਉਂ ਬਣਨਗੀਆਂ ਇਹ ਕੌਣ ਤੈਅ ਕਰੇਗਾ ਕਿ ਸਰਕਾਰ ਤੈਅ ਕਰੇਗੀ ਸਰਕਾਰ ਕਿੰਨੀ ਕੁ ਰਸਦ ਇੰਡਸਟਰੀ ਨੂੰ ਦੇ ਸਕਦੀ ਹੈ ਠੀਕ ਹੈ ਨਾ ਸਰਕਾਰਾਂ ਨੇ ਬੈਨ ਲਾਤਾ ਇਹ ਵੀ ਕਹਤਾ ਵੀ ਅੱਗੇ ਤਾਂ ਗੈਂਗਸਟਰਾਂ ਦੀ ਫਿਲਮਾਂ ਨਾ ਬਣਾਓ ਤੇ ਫਿਲਮਾਂ ਫਿਰ ਕਿਸ ਚੀਜ਼ ਤੇ ਬਣਾਓ ਯਾਨੀ ਕਿ ਤੁਸੀਂ ਬਹੁਤ ਸੇ ਇੰਡਸਟਰੀ ਨੂੰ ਰੋਕ ਲਾਤੀ ਹੁਣ ਜਦੋਂ ਤੁਸੀਂ ਇਸ ਤਰੀਕੇ ਦੀਆਂ ਰੋਕਾਂ ਲਾਣੀਆਂ ਸ਼ੁਰੂ ਕਰ ਦੋਗੇ ਵੀ ਠੀਕ ਹੈ ਸਿੱਧੂ ਮੂਸੇਵਾਲਾ ਜੇ ਗੰਦ ਪਾ ਰਿਹਾ ਹੈ ਜਾਂ ਕੋਈ ਵੀ ਐਸਾ ਸਿੰਗਰ ਗੰਦ ਪਾ ਰ ਉਹਨੂੰ ਆਪਾਂ ਚੁਣੌਤੀ ਦਈਏ ਕੋਰਟਾਂ 'ਚ ਵੀ ਦਈਏ ਅਦਾਲਤਾਂ 'ਚ ਵੀ ਕਸੀਟੀਆਂ ਕੇਸ ਵੀ ਐਫ ਆਈ ਆਰ ਦਾ ਮੁਕੱਦਮਾ ਢੋਕੀ ਲੇਕਿਨ ਆਪਾਂ ਇਹ ਕਹਿਦੇ ਵਜੀ ਗੈਂਗਸਟਰ ਤੇ ਫਿਲਮਾਂ ਨਹੀਂ ਬਣਾਉਂਦਾਂਗੇ ਅਸੀਂ ਇਸ ਤਰੀਕੇ ਦੀ ਹਿੰਸਾ ਦਿਖਾਣੀ ਨਹੀਂ ਹੈ ਕਿਉਂ ਨਹੀਂ ਦਿਖਾਣੀ ਹਿੰਸਾ ਕਿਉਂ ਹਿੰਸਾ ਜੇ ਹੈ ਤਾਂ ਕਿਉਂ ਨਹੀਂ ਦਿਖਾਈ ਜਾਏਗੀ ਤਾਂ ਹਿੰਸਾ ਨੂੰ ਦਿਖਾਉਣ ਦਾ ਮਤਲਬ ਹਿੰਸਾ ਨੂੰ ਪੜਾਵਾ ਦੇਣਾ ਨਹੀਂ ਹੈ ਇਸ ਚੀਜ਼ ਦੀ ਕੀ ਕਿਹੜੀ ਥਿਉਰੀ ਜਾਂ ਕਿਹੜੀ ਸਾਇੰਟਿਫਿਕ ਸਟੱਡੀ ਆਈ ਹੈ ਬਿਲਕੁਲ ਗੈਂਗਸਟਰ ਤੇ ਬਹੁਤ ਸਾਰੇ ਫਿਲਮ ਬਨੇ ਹੋਏ ਨੇ ਪੰਜਾਬੀ ਵਿੱਚ ਹਿੰਦੀ ਵਿੱਚ ਹਰ ਥਾਂ ਤੇ ਸ਼ੂਟਰ ਫਿਲਮ ਬੈਨ ਇਸ ਲਈ ਹੋਇਆ ਸੀ ਕਿਉਂਕਿ ਉਸ ਦੇ ਵਿੱਚ ਜਿਹੜੇ ਸੁਕੂ ਕਾਲੋ ਤੇ ਬਣਿਆ ਹੋਇਆ ਬਹੁਤ سارے ਸੀਨ ਨੇ ਉਹ ਅਸਲ ਵਿੱਚ ਹੋਇਆ ਹੀ ਨਹੀਂ ਮਹਾਰਾਜ ਤੁਸੀਂ ਦੇਖੋਗੇ ਟ੍ਰੇਲਰ ਦੇ ਵਿੱਚ ਟਰੈਕਟਰ ਤੇ ਉਤਰ ਕੇ ਫਾਇਰ ਕਰਦੇ ਨੇ ਅਸਲ ਵਿੱਚ ਸੁਕੇ ਕਾਲੋ ਦੇ ਜਿਹੜੇ ਰਿਸ਼ਤੇਦਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਘਟਨਾ ਤਾਂ ਹੋਇਆ ਨਹੀਂ ਅਸਲ ਵਿੱਚ ਇਹ ਫਿਲਮ ਬਣਾਉਣ ਵਾਲੇ ਸੁਕੇ ਕਾਲੋ ਦੀ ਬੇਇੱਜ਼ਤੀ ਕਰਨ ਕਰਕੇ ਉਹਨਾਂ ਦੀ ਗਲਤ ਪੇਸ਼ਕਾਰੀ ਕਰਨ ਲਈ ਸਾਜ਼ ਕੀਤੇ ਨੇ ਉਹਨਾਂ ਨੇ ਲਿਖਿਤ ਰੂਪ ਵਿੱਚ ਦਿੱਤੇ ਸੀ ਦੇਖੀ ਉਹ ਉਹਨਾਂ ਦੇ ਫੈਮਿਲੀ ਦੀ ਡਿਕਸ਼ਨ ਹੋ ਸਕਦੀ ਹੈ ਸੁੱਕਾ ਕਾਲ ਵਾਂ ਦੀ ਠੀਕ ਹੈ ਨਾ ਲੇਕਿਨ ਸੁੱਖਾ ਕਾਲ ਵਾਂ ਦੇ ਉੱਤੇ ਫਿਲਮ ਬਣਨਾ ਆਪਣੇ ਆਪ ਵਿੱਚ ਫਿਲਮ ਬਣੇ ਕਿਉਂ ਨਾ ਕਿਉਂਕਿ ਉਹ ਤਾਂ ਇੱਕ ਕੈਰੈਕਟਰ ਸੀ ਜਿਹਨੇ ਕਿ ਬੰਦੇ ਮਾਰੇ ਵੀ ਤੇ ਖੁਦ ਵੀ ਮਾਰਿਆ ਗਿਆ ਠੀਕ ਹੈ ਨਾ ਹੁਣ ਜਦ ਇਹੋ ਜੇ ਕੈਰੈਕਟਰ ਜਿਹੜੇ ਸੋਸਾਇਟੀ ਚ ਐਗਜ਼ਿਸਟ ਕਰਦੇ ਨੇ ਤੇ ਮੰਦੇ ਕੈਰੈਕਟਰ ਨੇ ਜਾਂ ਮਾੜੇ ਕਾਰਨਾ ਕਾਰਨਿਆਂ ਨੂੰ ਪੈਦਾ ਕੀਤਾ ਗਿਆ ਅਸੀਂ ਉਹਨਾਂ ਬਾਰੇ ਫਿਲਮਾਂ ਕਿਉਂ ਨਾ ਬਣਾਈਏ ਯਾ ਉਹਨਾਂ ਨੂੰ ਫਿਲਮ ਤੇ ਸਰਕਾਰ ਬੈਨ ਇਸ ਵਾਸਤੇ ਲਾ ਦੇ ਵੀ ਤੁਸੀਂ ਗਨ ਕਲਚਰ ਨੂੰ ਗਲੋਰੀਫਾਈ ਕਰ ਰਹੇ ਹੋ ਉਹਨੇ ਗਨ ਕਲਚਰ ਨੂੰ ਗਲੋਰੀਫਾਈ ਕਰਨ ਦੀ ਪਰਿਭਾਸ਼ਾ ਕੌਣ ਤਿਆ ਕਰੇਗਾ ਸੈਂਸਰ ਬੋਰਡ ਠੀਕ ਹੈ ਉਹਨਾਂ ਨੇ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਲਿਆ ਸੀ ਲੇਕਿਨ ਉਹਨਾਂ ਨੂੰ ਬੈਨ ਲਾੰਦਾ ਆਧਾਰ ਹੀ ਨਹੀਂ ਬਣਿਆ ਪੰਜਾਬ ਦੇ ਵੀ ਸੈਂਸਰ ਬੋਰਡ ਨਹੀਂ ਬਣ ਪਾਇਆ ਨਮੋ ਜੋ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਸੀ ਸ਼ਾਇਦ ਤੁਸੀਂ ਉਸ ਮੀਟਿੰਗ ਵਿੱਚ ਮੌਜੂਦ ਸੀ ਠੀਕ ਹੈ ਨਾ ਉਹ ਅੱਜ ਤੱਕ ਕਲਚਰਲ ਪਾਲਿਸੀ ਕਿੱਥੇ ਗਈ ਪੰਜਾਬ ਦੀ ਕਲਚਰਲ ਪਾਲਿਸੀ ਉਨਜਾ ਸਾਡੇ ਕੋਲ ਕੋਈ ਪੈਮਾਨਾ ਨਹੀਂ ਕੋਈ ਮਾਪਦੰਡ ਨਹੀਂ ਫਿਰ ਝੰਡਾ ਚੱਕ ਕੇ ਰਿਤੇਸ਼ ਲੱਖੀ ਪਹੁੰਚੇ ਕੋਰਟ ਦੇ ਵਿੱਚ ਜਾਂ ਪੰਡਿਤ ਤਰਾਵ ਧਰਨਵਰ ਪਹੁੰਚੇ ਹਾਈ ਕੋਰਟਸ ਕਹਿੰਦਾ ਵੀ ਇਸ ਗਾਣੇ ਨੂੰ ਬੰਦ ਕਰੋ ਤੇ ਉਹਦਾ ਤਾਂ ਕੋਈ ਸਿਰ ਪੈਰ ਨਹੀਂ ਬਣੇਗਾ ਕੋਈ ਫਾਰਮੂਲਾ ਨਹੀਂ ਬਣੇਗਾ ਇਹ ਤਾਂ ਠੀਕ ਹੈ ਪ੍ਰੋਡਿਊਸਰਾਂ ਦੀ ਕਮਜ਼ੋਰੀ ਹੈ ਨਿਰਦੇਸ਼ਕਾਂ ਦੀ ਕਮੀ ਹੈ ਉਹ ਚੁਣੌਤੀ ਨਹੀਂ ਦੇ ਸਕਦੇ ਨਹੀਂ ਤਾਂ ਉਹ ਚੁਣੌਤੀ ਦੇ ਕੇ ਵੀ ਆਪਣੇ ਖਿਲਾਫ ਦੇ ਆਰਡ ਪੰਜਾਬ ਦੀ ਹਾਲਾਤ ਨੂੰ ਤੁਸੀਂ ਦੇਖੋ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਅਮਰਿੰਦਰ ਅਮਰਿੰਦਰ ਸਿੰਘ ਸਾਹਿਬ ਨੇ ਸਫ ਅਖਰਾ ਵਿੱਚ ਕਿਹਾ ਕਿ ਇਸ ਪੰਜਾਬ ਦੇ ਵਿੱਚ ਕੋਈ ਵੀ ਭੜਕਾਉ ਕੋਈ ਵੀ ਗੈਂਗਸਟਰ ਕਲਚਰ ਨੂੰ ਅਸੀਂ ਪ੍ਰੋਮੋਟ ਨਹੀਂ ਕਰਨ ਦੇਵਾਂਗੇ ਇਸ ਲਈ ਚਰਨਜੀਤ ਸਿੰਘ ਚੰਨੂ ਸਾਹਿਬ ਨੇ ਇੱਕ ਕਾਨੂੰਨ ਵੀ ਬਣਾ ਰਹੇ ਨੇ ਜਿਸ ਦੇ ਵਿੱਚ ਇਹੋ ਜਿਹੇ ਭੜਕਾਉ ਗਾਣੇ ਫਿਲਮ ਲਈ ਰੋਕ ਕਰਨ ਲਈ ਆਪਣੇ ਹਿੱਤ ਪਧਰਤੇ ਹੋਏ ਇੱਕ ਕਾਨੂੰਨ ਅਤੇ ਸੈਂਸਰ ਬੋਰਡ ਵੀ ਬਣਾਉਣ ਦਾ ਕੋਸ਼ਿਸ਼ ਕਰ ਰਹੇ ਨੇ ਕਹਿਣ ਦਾ ਪਾਵ ਹੈ ਸਰ ਪੰਜਾਬ ਇੱਕ ਇਹੋ ਜਿਹਾ ਇੱਕ ਸੁਭਾ बहुत ही नाजुक सुबह है इतने तुम मनमर्जी बंदूक वाले शराबी या गैंगस्टर कल्चर उत्साहित करने वाले फिल्म बनाओगे कितने रहेगी बात? कितने रहेगी इतने बाबा नानक की बाणी ये पवित्र धरती है महाराज इतने बाबा हर थाँ एक परमात्मा के नाद में नचण वाले संत पुरुष गुरु महाराज हुए ने ਇਹ ਹੁਜਾ ਫਿਲਮ ਬੰਨਣਾ ਚਾਹੀਦਾ ਜਿੱਥੇ ਦੁਨੀਆਂ ਲਈ ਇੱਕ ਸਿੱਖ ਹੋਵੇ ਸੁੱਕੀ ਕਾਲੋ ਦੇ ਫਿਲਮ ਬਣਾ ਕੇ ਕਿਰੇ ਤੁਸੀਂ ਸਿੱਖ ਪੜਾਉਣ ਦਾ ਕੋਸ਼ਿਸ਼ ਕੀਤਾ ਹੋਇਆ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਤੁਸੀਂ ਮੈਂ ਕਹਿੰਦਾ ਬਾਰ-ਬਾਰ ਮੋਰਲਾਈਜ਼ ਕਿਉਂ ਕਰ ਰਹੇ ਹੋ ਨਾ ਕਿਸ ਤੇ ਫਿਲਮ ਬਣੀ ਹੈ ਦੇਖੋ ਕਿ ਡਾਕੂਆਂ ਤੇ ਫਿਲਮ ਨਹੀਂ ਬਣੀ ਤੇ ਡਾਕੂਆਂ ਤੇ ਫਿਲਮ ਬਣਾ ਕੇ ਕੀ ਅਸੀਂ ਡਾਕੂਆਂ ਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਡਾਕੂਵਾਦ ਨੂੰ ਪ੍ਰਮੋਟ ਕਰਾਂਗੇ ਮੁੱਦਾ ਹੀ ਖੜਾ ਹੋ ਰਿਹਾ ਨਾ ਵੀ ਤੁਸੀਂ ਇਸ ਚੀਜ਼ ਦੀ ਮੋਰਲ ਹਾਈ ਗਰਾਉਂਡ ਲੈ ਕੇ ਆਪਾਂ ਜੱਜ ਕਿਉਂ ਬਣ ਕੇ ਬੈਠ ਜਾਂਦੇ ਕਿਸ ਫਿਲਮ ਨੇ ਕਿਸ ਸਬਜੈਕਟ ਤੇ ਬਣੇਗੀ ਇਹ ਵੀ ਅਸੀਂ ਤੈਅ ਕਰੇਗੇ ਸਰਕਾਰ ਤੈਅ ਕਰੇਗੀ ਤੇ ਉਹਦਾ ਪ੍ਰਭਾਵ ਕੀ ਹੋਏਗਾ ਇਹ ਵੀ ਅਸੀਂ ਆਪਣੇ ਮਨ 'ਚ ਬਣਾ ਕੇ ਬਹਿ ਗਏ ਵੀ ਇਹਦਾ ਤਾਂ ਪ੍ਰਭਾਵ ਮਾੜਾ ਹੀ ਪੈਣਾ ਹੋ ਸਕਦਾ ਉਸ ਫਿਲਮ ਨੂੰ ਦੇਖ ਕੇ ਯੁਵਾਵਾਂ ਦੇ ਮਨ ਦੇ ਵਿੱਚ ਇੱਕ ਨਫ਼ਰਤ ਪੈਦਾ ਹੋਵੇ ਜੇ ਤੁਸੀਂ ਉਸ ਫਿਲਮ ਨੂੰ ਉਸ ਤਰੀਕੇ ਨਾਲ ਬਣਾਇਆ ਉਹ ਤਾਂ ਪਤਾ ਲੱਗ ਜਾਏਗਾ ਲੋਕ ਮਾੜੇ ਟੇਸਟ ਨੂੰ ਤਾਂ ਲੋਕ ਐਕਸੈਪਟ ਨਹੀਂ ਕਰਦੇ ਨਾ ਜੇ ਜੇ ਉਹ ਇੱਕ ਮੇਨਸਟ੍ਰੀਮ ਮੀਡੀਆ ਦੀ ਆਪਾ ਮੇਨਸਟ੍ਰੀਮ ਸਿਨੇਮਾ ਦੀ ਗੱਲ ਕਰ ਰਹੇ ਹਾਂ ਲੇਕਿਨ ਪੁਆਇੰਟ ਇਹ ਖੜਾ ਹੋ ਜਾਂਦਾ ਵੀ ਜਦੋਂ ਆਪਾਂ ਇਹਨਾਂ ਤੇ ਇੱਕ ਮਾਹੌਲ ਐਸਾ ਬਣਾਤਾ ਵੀ ਤੁਸੀਂ ਕ੍ਰੀਏਟਿਵ ਗਾਣਾ ਬਣਾਓ ਤੁਸੀਂ ਫਿਲਮ ਬਣਾਓ ਤੇ ਅਸੀਂ ਚੱਕ ਕੇ ਹਾਈ ਕੋਰਟ 'ਚ ਪਾਵਾਂਗੇ ਅਰੋੜਾ ਸਾਹਿਬ वाले ਨੂੰ ਤਾਂ ਚਲਾਨ ਕੱਟ ਕੇ ਛੱਡਤਾ ਜਦੋਂ ਕਿ ਉਹਨੂੰ ਗ੍ਰਿਫਤਾਰ ਕਰਨਾ ਸੀਗਾ ਬੇਲਾਂ ਨੂੰ ਹੁਣ ਮਿਲ ਗਈਆਂ ਉਹਨੂੰ ਤੇ ਹੁਣ ਹਾਈ ਕੋਰਟ ਜਾ ਕੇ ਦੁਆਈ ਦਿੰਦੇ ਫਿਰਦੇ ਨੇ ਵੀ ਸੀ ਹਾਈ ਕੋਰਟ ਚ ਚੁਣੌਤੀ ਦਾਂਗੇ ਜਿਹੜੀ ਬੇਲ ਜਿਹਨੂੰ ਸੜਕ ਤੇ ਗ੍ਰਿਫਤਾਰ ਕਰਨਾ ਸੀ ਉਹਨੂੰ ਤਾਂ ਤੁਸੀਂ ਥਲੜੀਆਂ ਕੋਰਟਾਂ ਚੋਂ ਬੇਲਾਂ ਦੁਆਤਿਆਂ ਤੇ ਹੁਣ ਹਾਈ ਕੋਰਟ ਦੇ ਵਿੱਚ ਦਾਅਵੇ ਕਰਦੇ ਆ ਵੀ ਉਹਨਾਂ ਦੀ ਬੇਲਾਂ ਕਵਾਸ ਕਰਾ ਦਾਂਗੇ ਮਤਲਬ ਇਹ ਤਾਂ ਡਰਾਮੇ ਹੋ ਰਹੇ ਨੇ ਸਾਨੂੰ ਸਭ ਨੂੰ ਨਜ਼ਰ ਆ ਰਹੇ ਨਹੀਂ 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 ਬਿਲਕੁਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ ਮੁੱਦੇ ਤੇ ਖਾਸ ਤੌਰ ਤੇ ਬੜਕਾਓ ਸ਼ਰਾਬੀ ਗਾਣੇ ਤੇ ਰੋਕ ਲਗਾਉਣ ਲਈ ਕੋਸ਼ਿਸ਼ ਕਰਦੇ ਪਏ ਨੇ ਮੇਰਾ ਕੰਟੈਂਪਟ ਫੋਰ ਜਿਹੜੇ ਹੈ ਉਹਦੇ ਵਿੱਚ ਗ੍ਰਹਿ ਸਕੱਤਰ ਪੰਜਾਬ ਸਿੱਧੀ ਤੌਰ ਤੇ ਪਾਰਟੀ ਨੇ ਇਹੋ ਜਿਹਾ ਪਾਵੇ ਫਿਲਮ ਹੋਵੇ ਪਾਵੇ ਗਾਣੇ ਹੋਵੇ ਰੋਕਣ ਲਈ ਕੋਸ਼ਿਸ਼ ਕਰਨਗੇ ਜੇ ਨਹੀਂ ਕਰਨਗੇ ਕੰਟੈਂਪਟ ਆਫ ਕੋਰਟ ਬਣੇਗੀ ਸਰ ਇੱਕ ਇੱਕ ਥੋੜੀ ਸਵਾਲ ਦੀ ਜਵਾਬ ਇਹ ਹੋਏਗੀ ਕਿ ਇਹ ਮੋਰਲ 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 ਅ ਲੈਸਨ ਨਹੀਂ ਆਏਗਾ ਸਾਡੇ ਲਈ ਇਹ ਸਾਡਾ ਫਰਜ਼ ਹੈ ਮਹਾਰਾਜ ਇਹ ਫਰਜ਼ ਮਨ ਮਨ ਕੀ ਚੱਲਣਾ ਪਊਗਾ ਸਨੋ ਇਹ ਕਿਸੇ ਨੂੰ ਮੋਰਲ ਪੁਲਿਸਿੰਗ ਮੋਰਲ ਲੈਸਨ ਨਹੀਂ ਦੇਣ ਲਈ ਸ਼ੁਰੂ ਕਰਤਾ ਮੈਂ ਇੱਕ ਟੀਚਰ ਹਾਂ ਟੀਚਰ ਦੀ ਇੱਕ ਲਕਸ਼ਣ ਹੁੰਦਾ ਹੈ ਕਿ भावे कितने जिथे मर्जी सिखाओ लोगों चंगे राहते ले आओ इसलिए मैं सरते बोर्ड लेके तुरता है शूटर फिल्म आज तुम लेके आओगे कल होर किसी गैंगस्टर के बारे गल करेंगे कोई होर कोई गाना क्डन गए सिद्धू मोशा वाला भावे वो बहुत सारे गलत गाना गा के एफ आई आर दर्ज होया पर फिर भी उन्होंने छड़या गया कहता पावे हूँ संजू गाँव गा के वह फस चुके एफ आई आर दर्ज होया बेल भी कैंसल होने लंज सरकार खुद ਕੋਰ ਜਾਰੀ ਹੈ ਕੋਰ ਜਾਰੀ ਹੈ ਤੁਸੀਂ ਕਿੱਥੇ ਨੇ ਕੀਤਾ ਸਿਸਟਮ ਫੇਲ ਨਹੀਂ ਬੋਲ ਸਕਦੇ ਪਹਿਲਾਂ ਤਾਂ ਉਹ ਢਿਲ ਦੇ ਦਿੱਤੀ ਨਾ ਦਿੱਕਤ ਹੈ ਵੀ ਪਹਿਲਾਂ ਤਾਂ ਬ੍ਰਾਂਡ ਐਂਬੈਸਡਰ ਸੀਗਾ ਸਿੱਧੂ ਮੂਸੇਵਾਲੇ ਨੂੰ ਮੋਟਰਸਾਈਕਲਾਂ ਤੇ ਬਠਾ ਬਠਾ ਕੇ ਮਾਨਸੇ ਦੇ ਐਸਐਸਬੀ ਤੁਰੇ ਫਿਰ ਰਹੇ ਨੇ ਉਸ ਵਕਤ ਤੱਕ ਕੋਰੋਨਾ ਦਾ ਮੈਸੇਜ ਦਵਾਨੇ ਸੀ ਚਲੋ ਚੰਗੀ ਗੱਲ ਹੈ ਉਹ ਇੱਕ ਐਫਰਟ ਸੀ ਲੇਕਿਨ ਜਦੋਂ ਉਸ ਤੇ ਕਾਰਵਾਈ ਕਰਨੀ ਸੀ ਉਹਨੂੰ ਉਹਦੇ ਹੱਥ ਚੇਕ ਕੇ 47 ਕੌਨ ਫੜਵਾ ਰਿਆ ਉਹਨੂੰ ਗੋਲੀਆਂ ਕੌਣ ਚਲਵਾ ਰਿਆ ਤੇ ਉਹਦੇ ਚ ਕੇਸ ਤਾਂ ਇਹ ਕਹਿੰਦਾ ਗਿਆ ਵੀ ਜੀ ਟੌਏ ਗਨ ਯੂਜ਼ ਕਰ ਰਿਆ ਸੀ ਉਸ ਲਈ ਪੰਚਾਧିକਾਰੀ ਸਸਪੈਂਡ ਵੀ ਹੋਏ ਨੇ ਡੀਐਸ ਉਹ ਉਹਨਾਂ ਨੇ ਉਹ ਸਾਰੀ ਗ੍ਰਿਫਤਾਰੀ ਨਹੀਂ ਹੋ ਜਿਹੜਾ ਚਲਾਨ ਕੱਟ ਕੇ ਛੱਡਤਾ ਗਿਆ ਉਹਦੇ ਵਕੀਲ ਜਿਹੜੇ ਸੀਗੇ ਉਹ ਦੁਹਾਈਆਂ ਪਾਉਂਦੇ ਰਿਹਾ ਅਫਸਰ ਨੂੰ ਕਹਿੰਦੇ ਰਹੇ ਵੀ ਇਹਨੂੰ ਫੜ ਲਓ ਗ੍ਰਿਫਤਾਰ ਕਰ ਲਓ ਇਹਦੇ ਦੇ ਖਿਲਾਫ ਆਰਮਜ਼ ਐਕਟ ਦਾ ਆਰਮਜ਼ ਐਕਟ ਦਾ ਕੇਸ ਲਵਾਂ ਚ ਕਿੰਨਾ ਸੰਘਰਸ਼ ਕਰਨਾ ਪਿਆ ਨਹੀਂ ਕਰ ਸਕਦੇ ਕਿਉਂਕਿ ਕਿਸ ਗਲਤੀ ਨਾਲ ਉਹ ਫੜਿਆ ਗਿਆ ਟ੍ਰੈਫਿਕ ਰੂਲਸ ਦਾ ਉਲੰਘਣ ਕਿਤੇ ਨੇ ਟ੍ਰੈਫਿਕ ਪੁਲਿਸ ਦੀ ਕੰਮ ਹੈ ਕਿ ਟ੍ਰੈਫਿਕ ਰੂਲਸ ਤੇ ਕਾਰਵਾਈ ਕਰੀਏ ਉਹਨਾਂ ਨੂੰ ਕਰਕੇ ਉਹਨਾਂ ਛੱਡਤਾ ਉਹਨਾਂ ਨੂੰ ਅਰੈਸਟ ਕਰਨ ਦੀ ਫਰਜ ਹੈ ਸੰਗਰੂਰ ਪੁਲਿਸ ਦੀ ਜਿਹੜੇ ਜਾਂ ਬਰਨਾਲ ਪੁਲਿਸ ਦੀ ਜਿੱਥੇ ਉਹਨਾਂ ਦਾ ਕੇਸਦਰ ਜੋ ਹੈ ਇਸ ਲਈ ਉਹਨਾਂ ਨੂੰ ਛੱਡ ਦਿੱਤਾ ਗਿਆ ਟੈਕਨੀਕ ਟੈਕਨੀਕਲਿਟੀ ਦੇਖੋ ਤੁਸੀਂ ਉੱਥੇ ਬਹੁਤ ਸਾਰੇ ਕਾਨੂੰਨ ਅਤੇ ਪੁਲਿਸ ਦੀ ਕੁਝ پابੰਦੀ ਹੁੰਦੀ ਨੇ ਇਸ ਲਈ ਛੱਡਿਆ ਗਿਆ ਪਰ ਹੁਣ ਦੇ ਇੱਕ ਹੋਰ ਪੀ ਸੁਕਲਾ ਨੇ ਛੱਡਣ ਦੀ ਕੋਈ ਗੱਲ ਹੀ ਨਹੀਂ ਇੱਥੇ ਉਹਨਾਂ ਨੇ ਤਾਂ ਸਿੱਧੀ ਤੁਰਨ ਟ੍ਰੈਸ਼ਰ ਪੈ ਗਿਆ ਜੀ ਦੇਖੋ ਮੀਡੀਆ ਨੇ ਦੇਖੋ ਪੰਜਾਬ ਸਰਕਾਰ ਨੂੰ ਕਿੰਨਾ ਮਤਲਬ ਪੰਜਾਬ ਪੁਲਿਸ ਨੂੰ ਜਲੀਲ ਕਰਤਾ ਗਿਆ ਇਸ ਗੱਲ ਨੂੰ ਲੈ ਕੇ ਮੂਸੇਵਾਲਾ ਤੇ ਤਾਂ ਤੁਹਾਡਾ ਹੱਥ ਪੈਂਦਾ ਨਹੀਂ ਹੁਣ ਉਹ ਯੂਆਪੀ ਦੇ ਵਿੱਚ ਇੱਥੇ ਚਾਰੇ ਛੋਟੇ ਛੋਟੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਚੱਕ ਚੱਕ ਕੇ ਜੇਲਾ ਚ ਡੱਕਤਾ ਗਿਆ ਹੈ ਨਾ ਉਹਨਾਂ ਨੂੰ ਅੱਤਵਾਦੀ ਦੱਸ ਦੱਸਤਾ ਗਿਆ ਤੇ ਕਹਿੰਦੇ ਮੂਸੇਵਾਲੇ ਤੋਂ ਗੋਲੀਆਂ ਵੀ ਏਕੇ 47 ਖੁਦ ਚਲਵਾਈਆਂ ਤੇ ਬਾਅਦ ਦੇ ਵਿੱਚ ਉਹਨੂੰ ਫੜਿਆ ਵੀ ਨਹੀਂ ਹੁਣ ਕਹਿ ਰਹੇ ਨੇ ਜੀ ਸਿ ਹਾਈ ਕੋਰਟ ਜਾਵਾਂਗੇ ਨਹੀਂ ਨਹੀਂ ਹਾਈ ਕੋਰਟ ਦੇਖੋ ਅਰਪਿਤ ਅਰਪਿਤ ਜਿਹੜ ਕੋਰ ਤੱਕ ਪਹੁੰਚ ਕੇ ਬੇਲ ਕੈਨਸਲ ਕਰਨ ਦਾ ਜਿਹੜੇ ਕਦਮ ਹੈ ਉਹ ਪੰਜਾਬ ਪੁਲਿਸ ਦੀ ਦਰਜਾ ਉਹ ਸਨਮਾਨ ਉੱਚੀ ਪੱਧਰ ਤੇ ਲੈ ਜਾਣ ਵਾਲੀ ਹੈ ਪੰਜਾਬ ਸਰਕਾਰ ਦੀ ਨੀਤੀ ਪੰਜਾਬ ਸਰਕਾਰ ਦੀ ਤਰੀਕਾ ਉੱਚੀ ਪੱਧਰ ਤੇ ਲੈ ਜਾਣ ਵਾਲੀ ਗੱਲ ਹੈ ਇਸ ਲਈ ਸਾਨੂੰ ਸਿਸਟਮ ਨਾਲ ਤੁਰਨ ਦੀ ਲੋੜ ਹੈ ਸਿਸਟਮ ਕੰਮ ਕਰਦਾ ਪਿਆ ਪਰ ਉਸ ਤੋਂ باوجود ਤੁਸੀਂ ਸਿਸਟਮ ਦੇ ਖਿਲਾਫ ਗਾਓਗੇ ਤੁਸੀਂ ਇਹ ਬੋਲੋਗੇ ਕਿ ਪਰਚਾ ਤਾਂ ਮਰਦ ਤੇ ਲੱਗਦੀ ਹੈ ਜੀ ਵੈਰ ਦੀ ਖੈਰ ਨਹੀਂ ਹੈ ਮੇਰਾ ਕਲ ਪੇਸ਼ੀ ਹੈ ਮੇਰਾ ਕੋਈ ਡਰ ਨਹੀਂ ਹੈ ਕਿਤੇ ਨਹੀਂ ਕਿ ਤੁਸੀਂ ਸਿਸਟਮ ਦੇ ਖਿਲਾਫ ਜਾ ਰਹੇ ਹੋ ਸਾਨੂੰ ਚੰਗੇ ਗਾਣਾ ਗਾ ਕੇ ਸਮਾਜ ਨੂੰ ਚੰਗੇ ਪਾਸੇ ਲਿਆਉਣ ਤਾਂ ਕੋਸ਼ਿਸ਼ ਕਰਨ ਦੀ ਲੋੜ ਹੈ ਇਸ ਲਈ ਸਿੱਧੂ 모ਸ਼ਾਲਾ ਹੋਵੇ ਆਰਨੇਟ ਹੋਵੇ ਕਰਨ ਹਾਉਜ਼ਲਾ ਹੋਵੇ ਇਹਨਾਂ ਨੂੰ ਸੁਧਰਨ ਦੀ ਲੋੜ ਹੈ ਚੰਗੇ ਗਾਣੇ ਗਾਓ ਚੰਗੇ ਸੱਭਿਆਚਾਰਿਕ ਗਾਣਾ ਗਾਓ ਨਹੀਂ ਤਾਂ ਇੱਕ ਇੱਕ ਕਰਕੇ ਜੇਲ੍ਹ ਜਾਣਗੇ ਸਿੱਧੂ ਮੂਸੇਵਾਲਾ ਦੇ ਪ੍ਰਤੀ ਕੋਈ ਵਿਅਕਤੀਗਤ ਗੱਲਾਂ ਬਾਤਾਂ ਥੋੜੀਆਂ ਨੇ ਤੁਹਾਡੀਆਂ ਇਹ ਥੋੜਾ ਸਿਰਫ ਇਸ਼ੂਸ ਦੇ ਬੇਸਟ ਹੈ ਕਦੇ ਉਹਨੂੰ ਸਪੋਰਟ ਵੀ ਕੀਤੀ ਹੈ ਕਿਸੇ ਉਹਦੇ ਗਾਣੇ ਤੇ ਤਾਰੀਫ਼ ਵੀ ਕੀਤੀ ਹੈ ਇਹ ਜਿਹੜੇ ਸਿੰਗਰਸ ਨੇ ਉਹਨਾਂ ਦੇ ਕੋਈ ਐਸੇ ਚੰਗੇ ਗਾਣੇ ਵੀ ਤੁਸੀਂ ਰੈਫਰੈਂਸ ਲਈ ਦੇ ਸਕਦੇ ਹੋ ਤਾਂ ਕਿ ਲੋਕ ਮੰਨਣ ਵੀ ਪੰਡਿਤ ਰਾਉਤ ਆ ਰੇਨਵਰਤਾ ਮਤਲਬ ਨਾ ਧੋਕੇ ਮਗਰ ਨਹੀਂ ਪਏ ਹੋਏ ਬਟ ਇਹ ਵੀ ਸਿਰਫ ਕੁਝ ਗੀਤ ਨੇ ਉਹਨਾਂ ਦੇ ਵਿੱਚ ਕੁਝ ਲਿਰਿਕਸ ਨੇ ਜਿਸ ਉੱਤੇ ਆਪਤੀ ਹੈ ਬਹੁਤ ਸਾਰੇ ਸਿੱਧੂ ਮੂਸੇਵਾਲਾ ਦੇ ਕਰ ਜਾ ਕੇ ਮੈਂ ਖੁਦ ਜਿੱਥੇ ਉਹ ਜਮਿਆ ਉੱਥੇ ਉਸ ਵੇੜੇ ਦੇ ਜਾ ਕੇ ਉਹਨਾਂ ਮਾਂ ਨੂੰ ਮਿਲ ਕੇ ਮੈਂ ਸਰ ਜੁੱਕੇ ਬੇਨਤੀ ਕੀਤੀ ਕਿ ਤੁਹਾਡੇ ਬੱਚੇ ਨੂੰ ਸਮਝਾ ਦਿਓ ਕਿਉਂਕਿ ਉਹਨਾਂ ਦਾ ਆਵਾਜ਼ ਲੋਕ ਗੀਤ ਗਾਣ ਦੀ ਆਵਾਜ਼ ਹੈ ਬੰਦਾ ਸਿੰਘ ਬਹਾਦਰ ਦੀ ਵਾਰਾ ਸੁਣਾਉਣ ਦੀ ਆਵਾਜ਼ ਹੈ ਬਾਬਾ ਅਨੰਦ ਦੇ ਬਾਣੀ ਗਾਉਣ ਦਾ ਆਵਾਜ਼ ਹੈ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਉਸਤ ਮਾਤਮਾ ਹੈ ਉਹ ਕਹਿੰਦੇ ਨੇ ਜੀ ਕਿ ਮੈਂ ਸਮਝਾਵਾਂਗੀ ਪਰ ਬੱਚਾ ਫੁਕਰੀਪੰਤ ਵਿੱਚ ਫਸਿਆ ਹੈ ਆਧੁਨ ਕਰਦੀ ਜਾਲ ਵਿੱਚ ਫਸਿਆ ਹੈ ਇਸ ਲਈ ਉਹ ਗਲਤ ਰਹਤੇ ਤੁਰਕੇ ਉਹ ਜਦ ਬੜਕਾਉ ਗਾਣਾ ਗਾਉਂਦਾ ਹੈ ਨਾ ਸਿਰਫ ਸਿੱਧੂ ਮੋਸੇ ਵਾਲਾ ਸਰ ਮੈਂ ਸੁਨੰਦਾ ਸ਼ਰਮਾ ਜਿੱਤੇ ਬੁਲਟੂ ਚ ਪਟਾਕੇ ਰੱਖ ਕੇ ਪਟਾਕੇ ਪਾਉਂਦੇ ਉੱਥੇ ਘਰ ਜਾ ਕੇ ਉਹ ਸੱਚੀ ਪੰਜਾਬਣ ਹੈ ਉਹ ਮਾਫੀ ਮੰਗ ਕੇ ਬਾਬਾ ਨਾਨ ਦੀ ਗਾਣਾ ਗਾ ਚੁੱਕੀ ਹੈ ਸ਼ਰੀਮਾਨ ਨੇ ਉਹ ਸ਼ਰਾਬੀ ਗਾਣਾ ਛੱਡ ਕੇ ਬਾਬਾ ਨਾਨ ਦੀ ਗਾਣਾ ਚ ਗਾ ਚੁੱਕੇ ਨੇ ਬਹੁਤ ਸਾਰੇ ਲੋਕ ਸੁਧਰ ਰਹੇ ਨੇ ਸਾਡਾ ਕੰਮ ਕੀ ਇਸ ਲੋਕਾਂ ਨੂੰ ਸੁਧਾਰਨਾ ਟੀਚਰ ਦੀ ਕੰਮ ਹੈ ਜੇਕਰ ਇਹ ਲੋਕ ਚੰਗੇ ਗਾਣਾ ਨਹੀਂ ਗਾਉਣਗੇ ਚੰਗੇ ਸਿਨੇਮਾ ਚਿੰਗੇ ਵੈਬ ਸੀਰੀਜ਼ ਨਹੀਂ ਬਣਾਉਣਗੇ ਇਹ ਜਾਲ ਵਿੱਚ ਫਸ ਜਾਣਗੇ ਇੱਕ ਇੱਕ ਕਰਕੇ ਕਿਉਂਕਿ ਕਾਨੂੰਨੀ ਕਾਰਵਾਈ ਹੁਣ ਸ਼ੁਰੂ ਹੋ ਚੁੱਕਿਆ ਹੈ ਜੀ ਉਹ ਮਾਨਯੋਗ ਹਾਈ ਕੋਰਟ ਦੀ ਹੁਕਮ ਸੈਂਟਰਲ ਤੱਕ ਪਹੁੰਚ ਚੁੱਕਿਆ ਹੈ ਸੈਂਸਰ ਬੋਰਡ ਆਪਣੀ 1952 ਐਕਟ ਅਮੈਂਡਮੈਂਟ ਕਰੇਗੀ ਪੂਰੇ ਦੇਸ਼ ਪਰ ਲਾਗੂ ਹੋਏਗੀ ਲੇਕਿਨ ਤੁਸੀਂ ਮੰਨਦੇ ਹੋ ਵੀ ਐਂਟਰਟੇਨਮੈਂਟ ਮਨੋਰੰਜਨ ਕਥਾਰਸਿਸ ਯੂ نو ਬੱਚੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਉਹ ਭਾਵ ਜਿਹੜੇ ਕਿ ਉਹਨਾਂ ਨੂੰ ਕਿਸੇ ਕਿਸਮ ਦੇ ਗਾਣਿਆਂ ਤੋਂ ਮਿਲਨੇ ਨੇ ਮੈਂ ਗਾਇਕੀ ਲਚਰ ਦੀ ਲਚਰਤਾ ਦੀ ਹਿੰਸਾ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਇੱਕ ਐਕਸਪ੍ਰੈਸ਼ਨ ਹੈ ਇੱਕ ਇੱਕ ਮਸਤੀ ਹੈ ਇੱਕ ਜੋਸ਼ ਹੈ ਇੱਕ ਉਮੰਗ ਹੈ ਉਹ ਯੂਥ ਦੇ ਵਿੱਚ ਮਨੋਰੰਜਨ ਦੇ ਜ਼ਰੀਏ ਆਣੀ ਹੈ ਤੇ ਉਹ ਯੂਥ ਦੇ ਵਿੱਚ ਮਨੋਰੰਜਨ ਦੇ ਜ਼ਰੀਏ ਆਏ ਤੁਹਾਨੂੰ ਲੱਗਦਾ ਵੀ ਜੇ ਇਸ ਕਿਸਮ ਦੀ ਲਚਰਤਾ ਜਾਂ ਇਸ ਕਿਸਮ ਦੇ ਜਿਹੜੇ ਟ੍ਰੈਂਡ ਨੂੰ ਛੱਡਿਆ ਜਾਂਦਾ ਤਾਂ ਵੀ ਉਹ ਬਰਕਰਾਰ ਰਹੇਗੀ ਮਿਊਜ਼ਿਕ ਦੇ ਵਿੱਚ ਕਿਉਂਕਿ ਉਹ ਉਹ ਇੱਕ ਅਲੱਗ ਚੀਜ਼ ਹੈ ਆਪਾਂ ਵਾਰਾਂ ਦੀ ਗੱਲ ਕਰਕੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਕੇ ਆਪਾਂ ਬਾਬਾ ਫਰੀਦੀ ਗੱਲ ਕਰਕੇ ਆਪਾਂ ਥੋਪ ਨਹੀਂ ਸਕਦੇ ਕਿਸੇ ਵੀ ਚੀਜ਼ ਨੂੰ ਯੁਵਾਵਾਂ ਦੇ ਉੱਤੇ ਘੱਟੋ ਘੱਟ ਉਹ ਆਡੀਅנס ਜੋ ਕਿ ਜੇ ਪੰਜਾਬੀ ਚ ਨਹੀਂ ਵੇਖੇਗੀ ਤਾਂ ਉਹ ਹਿੰਦੀ ਚ ਜਾ ਕੇ ਦੇਖੇਗੀ ਜੇ ਉਹਨੂੰ ਤੁਸੀਂ ਸੁੱਖਾ ਕਾਲਵਾ ਨਹੀਂ ਦਿਖਾਣੀ ਤੇ ਸ਼ੂਟਰ ਨਹੀਂ ਦਿਖਾਣੀ ਉਹਨੇ ਗੈਂਗਸ ਆਫ ਵਾਸੀਪੁਰ ਵੇਖ ਲੈਣੀ ਹੈ ਜਾ ਕੇ ਤੇ ਫਿਰ ਫਾਇਦਾ ਕੌਣ ਹੋ ਰਿਹਾ ਫਾਇਦਾ ਤਾਂ ਪ੍ਰੋਡਿਊਸਰ ਉਹੀ ਲੈ ਰਹੇ ਨੇ ਤਾਂ ਉਹ ਜਿਹੜੀ ਚੀਜ਼ ਹੈ ਆਡੀਅנס ਦੇ ਟੇਸਟ ਨੂੰ ਕਿਵੇਂ ਬਦਲੋਗੇ ਸਿੰਗਰਾਂ ਦੇ ਤਾਂ ਆਪਾਂ ਨੱਥ ਪਾਤੀ ਲੇਕਿਨ ਆਡੀਅנס ਦਾ ਟੇਸਟ ਬਦਲਣਾ ਆਡੀਅנס ਖੁਦ ਸੁਧਰ ਜਾਣ ਕੇ ਜਦ ਪੇਸ਼ ਨਹੀਂ ਕਰੋਗੇ ਇਹੋ ਜਿਹੇ ਗਾਣੇ ਜਾਂ ਫਿਲਮ ਆਡੀਅன்ஸ் ਨੂੰ ਤੱਕ ਨਹੀਂ ਪਹੁੰਚੇਗੀ ਪਾਵੇ ਅਬ ਸੀਰੀਜੋ ਗਾਣੇ ਵੇ ਫਿਲਮ ਵੇ ਸੈਂਸਰ ਬੋਰਡ ਜਦ ਬਨੇਗੀ ਪਾਵੇ ਪੰਜਾਬੀ ਚ ਹੋਵੇ ਪਾਵੇ ਸੈਂਸਰ ਬੋਰਡ ਮੌਜੂਦ ਹੈ ਉਹਦੇ ਵਿੱਚ ਅਮੈਂਡਮੈਂਟ ਹੋਵੇ ਇਹੋ ਜਿਹਾ ਗਾਣਾ ਹਿੰਦੀ ਵਿੱਚ ਵੀ ਨਹੀਂ ਹੋਏਗੀ ਨਾ ਹੀ ਪੰਜਾਬੀ ਵਿੱਚ ਨਾ ਕੰਨੜ ਭਾਸ਼ਾ ਵਿੱਚ ਸਾਡਾ ਮਕਸਦ ਇੱਕੋ ਇੱਕ ਹੈ ਸਰ ਮੇਰਾ ਮਕਸਦ ਇੱਕੋ ਇੱਕ ਹੈ ਜੀ ਪੰਜਾਬ ਹੋਵੇ ਕਰਨਾਟਕ ਹੋਵੇ ਆਂਧਰਾ ਹੋਵੇ ਬੋਜਪੂਰੀ ਭਾਸ਼ਾ ਹਰਤਾਤੇ ਚਿੰਗੇ ਗਾਣੇ ਗਾਣਾ ਗਾਵੇ ਚਿੰਗੇ ਵੈਬ ਸੀਰੀਜ਼ ਹੋਵੇ ਚਿੰਗੇ ਫਿਲਮ ਹੋਵੇ ਨਹੀਂ ਤਾਂ ਸੈਂਸਰ ਬੋਰਡ केंद्र सरकार सेंट्रल बोर्ड सेंटर बहुत वे पद्धर से पर परिवर्तन आएगी जद तक नहीं होगी तद तक ये काम करता रहागा क्योंकि ये साडा एक देश दी ये समस्या नहीं पूरा दुनिया भर की समस्या है, है महाराज हर इन्हें भावुक क्यों पा हालांकि थोड़ा गलत सवाल है होना चाहिए तो तुसी एकदम सही सवाल है क्योंकि देखो जवाब ये है सर मैं भावे कर्नाटक तो हाँ जंपल करना कर्नाटक ਪਰ ਮੈਂ ਫਿਲਹਾਲ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਹੈ ਜੋ ਪੰਜਾਬ ਦੇ ਪਾਈ ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ ਮੈਂ ਰੋਜ਼ ਪੰਜਾਬ ਦੀ ਰੋਟੀ ਖਾਦਾ ਹੈ ਰੋਜ਼ ਪੰਜਾਬ ਦੀ ਪਾਣੀ ਪੀਂਦਾ ਹੈ ਇਸ ਲਈ ਪੰਜਾਬੀ ਪਾਸ਼ਾ ਤੇ ਸੱਭਿਆਚਾਰ ਦਾ ਸੇਵਾ ਕਰਨਾ ਉਸ ਨੂੰ ਉਤਸ਼ਾਹਿਤ ਕਰਨਾ ਉਸ ਨੂੰ ਸੁਧਾਰਨਾ ਮੇਰਾ ਧਰਮ ਹੈ ਇਹੀ ਸੱਚਾਈ ਹੈ ਇਸ ਲਈ ਮੈਂ ਕੰਮ ਕਰਦਾ ਹੈ ਅਬ ਮਰਨੇ ਦਮ ਤੱਕ ਕਰਦਾ ਕਰਦਾ ਰਹਾਂਗਾ ਜਦ ਤੱਕ ਮੈਂ ਉਸ ਰੋਟੀ ਦੀ ਪੰਜਾਬ ਦੀ ਰੋਟੀ ਪਾਣੀ ਦੀ ਕਦਰ ਉਸ ਦੀ ਮੂਲ ਨਾ ਵਾਪਸ ਨਾ ਦੇਵਾਂ ਜੀ ਤੇ ਕੰਨੜਾ ਦੇ ਵਿੱਚ ਤੁਸੀਂ ਕਿੰਨਾ ਕੰਮ ਕੀਤਾ ਬਹੁਤ ਸਾਰੇ ਮੇਰੇ ਉਹਦੇ ਵੀ ਉੱਥੇ ਵੀ ਉੱਥੇ ਉੱਥੇ ਮੈਨੂੰ ਨਹੀਂ ਪਤਾ ਉਹਦੇ ਐਂਟਰਟੇਨਮੈਂਟ ਜੰਗ ਮਨੋਰੰਜਨ ਜਗਤ ਦੀ ਕੀ ਹਾਲਤ ਹੈ ਲੇਕਿਨ ਉੱਥੇ ਵੀ ਸਿੰਗਰ ਯਾਪਾ ਕੈਲੀ ਵੀ ਉੱਥੇ ਤੇ ਸਿੰਗਰ ਜ਼ਿੰਮੇਵਾਰ ਨੇ ਚੰਗਾ ਗਾਉਂਦੇ ਨੇ ਪੰਜਾਬੀਆਂ ਨਾਲੋਂ ਤੋਡੀ ਉੱਥੇ ਵੀ ਉਹਨਾਂ ਦੀ ਨਾਸਾਂ ਚ ਤੁਸੀਂ ਉਹਨਾਂ ਕੀ ਸੇਕ ਕਢਾ ਰੱਖਿਆ ਜਿੰਨਾ ਇੱਥੇ ਕਢਾ ਰੱਖਿਆ ਤੁਸੀਂ ਪੁੱਛਿਆ ਤੁਸੀਂ ਕੰਨੜ ਪਾਸ਼ਲੀ ਕੀ ਕੀਤਾ ਨਹੀਂ ਮੈਂ ਇਹ ਨਹੀਂ ਪੁੱਛਿਆ ਮੈਂ ਕਿਹਾ ਵੀ ਉੱਥੇ ਉੱਥੇ ਦੇ ਮਾਹੌਲ ਦੇ ਵਿੱਚ ਵੀ ਤੁਸੀਂ ਇਸ ਕਿਸਮ ਦਾ ਐਕਟੀਵਿਜ਼ਮ ਦਿਖਾ ਰਹੇ ਹੋ ਜਾਂ ਉੱਥੇ ਇਸ ਕਿਸਮ ਦੀ ਗਾਇਕੀ ਨਹੀਂ ਹੈ ਇਹ ਟ੍ਰੈਂਡ ਸਾਡਾ ਪੰਜਾਬ ਦੇ ਨਾਲ ਟਿਪੀਕਲ ਹੈ ਵੀ ਪੰਜਾਬ ਚ ਸਭ ਕੋ ਹੋ ਰਿਹਾ ਤੁਹਾਡੀ ਸਵਾਲ ਜਿਹੜੀ ਪਹਿਲਾ ਸਵਾਲ ਹੈਗਾ ਕਿ ਕੰਨੜ ਪਾਸ਼ਲੀ ਕੀ ਕੀਤਾ ਮੈਂ ਸਵੀਕਾਰ ਕਰਦੇ ਹਾਂ ਬਹੁਤ ਹੀ ਨਿਮਰਤਾ ਨਾਲ ਮੈਂ ਦੱਸਣਾ ਚਾਹਾਂਗਾ ਰਿਤਿਸ਼ ਸਾਹਿਬ ਇਸ 35 ਅੱਖਰ ਸਿੱਖਣ ਤੋਂ ਬਾਅਦ ਮੈਂ ਮੈਂ ਕੰਨੜ ਦੇ ਵਿੱਚ ਜਪਜੀ ਸਾਹਿਬ ਅਨਵਾਦ ਕਰਤਾ ਮੇਰੇ ਮਾਬੂਲੀ ਕੰਨੜ ਨੂੰ ਮੈਂ ਰੂਹਾਨੀ ਤਿਤਿ ਸਿਖਰ ਤੱਕ ਲੈ ਕੇ ਗਿਆ ਮੇਰੀ ਸੇਵਾ ਹੈ ਮੇਰੇ ਮਾਬੂਲੀ ਕੰਨੜ ਕੰਨੜ ਪਾਸ਼ਾ ਉਦਾਰ ਹੋਇਆ ਕੰਨੜ ਪਾਸ਼ਾ ਅਮੀਰ ਹੋਇਆ ਜਪਜੀ ਸਾਹਿਬ ਕੰਨੜ ਹੋਇਆ ਚ ਹਾਸਲ ਕਰਕੇ ਇਹ ਮੇਰਾ ਸੇਵਾ ਹੈ ਮੇਰੀ ਮਾਬੂਲੀ ਲਈ ਇਸ ਤੋਂ ਅਲਾਵਾ ਤੁਸੀਂ ਪੁੱਛਿਆ ਕਿ ਕੰਨੜ ਦੇ ਵਿੱਚ ਵੀ ਬਹੁਤ ਸਾਰੇ ਗਲਤ ਗਲਤ ਗਾਣਾ ਪੂਰਾ ਬਹੁਤ ਜ਼ਿਆਦਾ ਨਹੀਂ ਕੰਨੜ ਪਾਸ਼ਾ ਦੇ ਵਿੱਚ ਵੀ ਗਲਤ ਗਾਣਾ ਫਿਲਮ ਬਣਦੇ ਨੇ उत्थे भी मैं पहुंच जाना जिस दिन मैं कर्नाटक पहुंच जाना उत्थे मैं पहुंच जाना मैं नहीं छड़ना मान योग हरियाणा हाईकोर्ट की बाईस सत्त दो हज़ार उन्नीस की हुक्म लेके मैं हर एक स्टेट में पहुंच जाना मैं नहीं छड़ना क्योंकि साढ़े सारे मिल के चंगे सभ्याचार चंगे विरासत चंगे भारत की निर्माण करने की लड़ है वो करता रव मैं चलिए जी बहुत बहुत धन्यवाद ਇਸ ਚਰਚਾ ਲਈ ਤੁਸੀਂ ਮੇਰੇ ਥੋੜੇ ਕੋੜੇ ਮਿੱਠੇ ਸਵਾਲਾਂ ਦੇ ਜਵਾਬ ਦਿੱਤੇ ਲੇਕਿਨ ਮੇਰਾ ਕ੍ਰਿਟੀਕਲ ਹੋਣਾ ਬਣਦਾ ਸੀ ਕਿਉਂਕਿ ਮੈਂ ਵੀ ਤਰਜਮਾਨੀ ਕਰਨਾ ਚਾਹਨਾ ਇੱਕ ਐਸੇ ਵਰਗ ਦੀ ਜੋ ਕਿ ਕਿਤੇ ਨਾ ਕਿਤੇ ਤੁਹਾਡੀ ਇਸ ਮੂਵਮੈਂਟ ਤੋਂ ਪ੍ਰਭਾਵਿਤ ਹੈ ਤੇ ਸ਼ਾਇਦ ਪੀੜਿਤ ਵੀ ਹੈ ਇਸ ਵਾਸਤੇ ਮੈਂ ਕ੍ਰਿਟੀਕਲ ਸਵਾਲ ਕੀਤੇ ਹੋਪ ਉਮੀਦ ਕਰਦਾ ਹਾਂ ਵੀ ਸਾਡੇ ਦਰਸ਼ਕ ਜਾਂ ਉਹ ਜਿਹੜੇ ਸੈਂਟੀਮੈਂਟਸ ਨੇ ਜੋ ਕਿ ਇਤਿਫਾਕ ਨਹੀਂ ਰੱਖਦੇ ਪੰਡਿਤ ਤਰਨਵਰ ਰਾਓ ਜੀ ਨਾਲ ਉਹ ਕੁਝ ਹੱਦ ਤੱਕ ਐਡਰੈਸ ਹੋ ਪਾਏ ਹੋਣਗੇ ਲੇਕਿਨ ਤੁਸੀਂ ਸੁਣਿਆ ਪੰਡਿਤ ਰਾਓ ਤਰਨਵਰ ਉਹ ਐਕਟਿਵਿਸਟ ਉਹ ਕਾਰਕੂਨ ਜੋ ਕਿ ਪਿਛਲੇ ਡੇੜਧਾਕੇ ਤੋਂ ਲੱਗੇ ਹੋਏ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਲਗਾਤਾਰ ਪ੍ਰਚਾਰ ਪ੍ਰਸਾਰ ਪੰਜਾਬੀ ਭਾਸ਼ਾ ਤੇ 2016 ਤੋਂ ਬਾਅਦ ਇਹਨਾਂ ਦਾ ਜਿਹੜਾ ਟਰੈਕ ਬਦਲਿਆ ਹੈ ਪੰਜਾਬੀ ਗੀਤਾਂ ਦੇ ਵਿੱਚ ਪੰਜਾਬੀ ਗਾਇਕੀ 뮤직 ਐਂਟਰਟੇਨਮੈਂਟ ਮਨੋਰੰਜਨ ਜਗਤ ਵਿੱਚ ਜਿਹੜੀ ਲਚਰਤਾ ਹੈ ਅਸ਼ਲੀਲਤਾ ਹੈ ਹਿੰਸਾ ਹੈ ਨਸ਼ਿਆਂ ਦਾ ਜਿਹੜਾ ਪ੍ਰਭਾਵ ਹੈ ਉਸ ਨੂੰ ਗਲੋਰੀਫਾਈ ਘਾਟੋ ਘਾਟ ਕੀਤਾ ਜਾਵੇ ਤੇ ਬਕਾਇਦਾ ਬਕਾਇਦਗੀ ਦੇ ਨਾਲ ਜੋ ਕੰਮ ਸਰਕਾਰਾਂ ਨੇ ਨਹੀਂ ਕੀਤੇ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ذریعے ਪੰਡਿਤ रावਤਾ ਰੈਨਵਰ ਉਹਨਾਂ ਵਰਗੇ ਕਿਰਦਾਰਾਂ ਨੇ ਕੀਤੇ ਤੇ ਅਦਾਲਤਾਂ ਵਿੱਚ ਜਾ ਕੇ ਉਹ ਆਰਡਰ ਲੈ ਕੇ ਜੋ ਕਿ ਅੱਜ ਕਿਤੇ ਨਾ ਕਿਤੇ ਪਾਬੰਦ ਵੀ ਕਰਦਦੇ ਨੇ ਸਰਕਾਰਾਂ ਨੂੰ ਵੀ ਨੱਥ ਪਾਈ ਜਾਵੇ ਇਸ ਕਿਸਮ ਦੀ ਗਾਇਕੀ ਤੇ ਇਸ ਕਿਸਮ ਦੀ ਲਚਰਤਾ ਤੇ ਹਿੰਸਾ ਤੇ ਜੋ ਕਿ ਸਾਡੇ ਕਲਚਰ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਕਿਤੇ ਨਾ ਕਿਤੇ ਇਸ 뮤זיਕ ਆ ਮੇਨਸਟ੍ਰੀਮ ਜਿਹੜਾ ਐਂਟਰਟੇਨਮੈਂਟ ਜਿਹੜੇ ਜਿਹੜੇ ਫੋਰਮਸ ਹੈਗੇ ਨੇ ਉਹਦੀਆਂ ਸ਼ਕਲਾਂ ਹੈਗੀਆਂ ਨੇ ਸ਼ੇਪਸ ਹੈਗੀਆਂ ਨੇ ਉਹਨਾਂ ਦੇ ਜ਼ਰੀਏ ਆਪਣੀ ਕੁਸਪੈਟ ਕਰ ਰਹੇ ਹੈਗੇ ਨੇ ਬਹੁਤ ਬਹੁਤ ਧੰਨਵਾਦ ਪੰਡਿਤ ਰਾਉਤਾਨਰਵ ਜੀ ਤਾਂ ਅਨਰਵ ਜੀ ਸਰਦਨਲ ਇਸ ਚਰਚਾ ਵਿੱਚ ਜੋਟਣ। ਸ਼ੁਕਰੇ ਮਹਾਰਾਜ। ਸ਼ੁਕਰੀਆ। ਅੱਜਕਲ ਤੁਸੀਂ ਬਹੁਤ ਸੇ ਸਿੰਗਰਸ ਨੂੰ ਪਰੇਸ਼ਾਨ ਕਰ ਰੱਖਿਆ। ਬਹੁਤ ਸੀ 뮤ਜ਼ਿਕ ਕੰਪਨੀਆਂ ਥੋੜੀ ਜਿਹੇ ਐਕਟਿਵਿਜ਼ਮ ਤੋਂ ਪਰੇਸ਼ਾਨ ਹੈਗੀਆਂ ਨੇ। ਬਹੁਤ ਸੇ ਲੋਗ ਇਹ ਵੀ ਕਹਿੰਦੇ ਨੇ ਪੰਡਿਤ ਤਰਨਵਰ ਆਹ ਹਰ ਕੰਮ 'ਚ ਆਪਣੀ ਟੰਗ ਜੜੀ ਹੈਗੀ ਹੈ। ਅੜਾਰੇ ਹੈਗੇ ਨੇ। ਕੋਈ 뮤ਜ਼ਿਕ ਹੋਵੇ, 뮤ਜ਼ਿਕ 'ਚ ਥੋੜੀ-ਬਹੁਤ ਗੱਲ ਵੀ ਹੁੰਦੀ ਹੈ ਤੇ ਪੰਡਿਤ ਤਰਨਵਰ ਆਉਟ ਕੇ ਹਾਈ ਕੋਰਟ ਤੁਰ ਪੈਂਦੇ ਨੇ। ਪੰਜਾਬੀ ਪਾਸ਼ਾ ਪ੍ਰਤੀ ਜਿਹੜੇ ਸਤਕਾਰ ਸਨਮਾਨ ਹੋਣਾ ਚਾਹੀਦਾ ਉਹ ਪੰਜਾਬੀ 'ਚ ਹੀ ਨਹੀਂ ਹੋਇਆ ਹੈ। ਬਹੁਤ ਸਾਰੇ ਗਾਇਕਾਂ ਨੇ ਲੱਛਰ ਸ਼ਰਾਬੇ ਹਤਿਆਨੇ ਗਾਣਾ ਗਾਰੇ ਨੇ ਜੋ ਕੰਟੈਂਪਟ ਆਫ ਕੋਰਟ ਹੈ ਇਸ ਪਵਿੱਤਰ ਪਾਸ਼ਾ ਦੇ ਵਿੱਚ ਲੱਛਰ ਸ਼ਰਾਬੀ ਹਤਿਆਰੀ ਗਾਣੇ ਗਾਉਣ ਵਾਲੇ ਪਾਵੇ ਆਰਨੀਟ ਹੋਵੇ ਕਿਰਨ ਨੌਜ਼ਲਾ ਹੋਵੇ ਪਾਵੇ ਕੋਈ ਹੋਵੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਏਗੀ ਕਿਉਂਕਿ ਮਾਨਯੋਗ ਹਾਈ ਕੋਰਟ ਦਾ ਮੰਨਣਾ ਹੈ ਕਿ ਅਜੇ ਗਾਣਾ ਬੰਦ ਹੋਇਆਰਤਾ ਤੇ ਜੇਕਰ ਗਾਉਣਗੇ ਇਹ ਕਿ ਕਰਕੇ ਜਿਲ ਜਾਣਗੇ ਸਰ ਇਹ ਤੁਸੀਂ ਮੋਰਲਾਈਜ਼ਿੰਗ ਕਰ ਰਹੇ ਤੁਸੀਂ ਪ੍ਰੀਚਿੰਗ ਤੇ ਆ ਰਹੇ ਇਸ ਗਾਣੇ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੋਵੇ ਜਿਸ ਕਾਨੂੰਨ ਦੇ ਜਿਸ ਗਾਣੇ ਦੇ ਵਿੱਚ ਔਰਤ ਦੀ ਬੇਇੱਜ਼ਤੀ ਦੀ ਸ਼ਬਦਾਵਲੀ ਹੋਵੇ ਬੜਕਾਉ ਦੀ ਸ਼ਬਦਾਵਲੀ ਹੋਵੇ ਜੱਟ ਉਸ ਪਿੰਡ ਦੇ ਬਿਲੋਂਗ ਕਰਦੇ ਜਿੱਥੇ ਮਾਰਕ ਕਸੂਰ ਪੁੱਛਦਾ ਹੈ ਐਂਟਰਟੇਨਮੈਂਟ ਨਹੀਂ ਹੋ ਸਕਦਾ ਚੌਥਾ ਪੈਗ ਲਾ ਕੇ ਦੇਰ ਬਾਫੜਨੀ ਇਹ ਐਂਟਰਟੇਨਮੈਂਟ ਨਹੀਂ ਹੋ ਸਕਦਾ ਇਹ ਔਰਤ ਦੀ ਬੇਇੱਜ਼ਤੀ ਹੈ क्योंकि कोर्ट के हिदायत दे साफ शब्दों लिखे इस हुक्कूम मैं पूरा देश भर से लेके जावगा देखो अच्छी सारे चंगे समाज की रचना करने की जोड़ है ना सिर्फ ये गाने ते वेब लागू होंगे सर वैब सीरीज ते भी लागू होएगी फिल्म ते भी लागू होएगी 1952 दे विच टू केटोग्राफी एक्ट बनया हाले तक उस दे विच अमेंडमेंट नहीं होया है हुन अमेंडमेंट होएगी तुसी मनमर्जी गैंगस्टर वाले फिल्म नहीं बना सकते जिमें शूटर फिल्म बैन होया है ਉਹ ਗੈਂਗਸਟਰ ਤਾਂ ਤਾਂ ਪੂਰੀ ਦੁਨੀਆ 'ਚ ਫਿਲਮਾਂ ਬਣਦੀਆਂ ਨੇ ਅਸੀਂ ਨਾਰਕੋਸ ਦੇਖਦੇ ਆਂ ਅਸੀਂ ਗੈਂਗਸ ਆਫ ਵਾਸੇਪੁਰ ਦੇਖਦੇ ਆਂ ਅਸੀਂ ਉਹਨਾਂ ਨੂੰ ਤਾਂ ਦੇਖ ਕੇ ਇੰਜੋਏ ਕਰਦੇ ਆਂ ਉਹ ਇੰਡਸਟਰੀ ਪਰਫੁੱਲਿਤ ਹੁੰਦੀ ਹੈ ਕਿਉਂਕਿ ਵਿਊਅਰਸ ਕੰਜ਼ਿਊਮਰ ਸਾਡਾ ਹੈ ਸਾਡੇ ਜੇ ਇੱਥੇ ਦੇ ਪ੍ਰੋਡਿਊਸਰ ਫਿਲਮ ਬਣਾਉਂਦਾ ਤਾਂ ਤੁਸੀਂ ਉਹਨੂੰ ਲੈ ਕੇ ਹਾਈ ਕੋਰਟ ਪਹੁੰਚ ਜਾਂਦੇ ਕਿ ਕਿਸ ਚੀਜ਼ ਤੇ ਫਿਲਮਾਂ ਬਣਾਓ ਤੁਸੀਂ ਦੱਸੋ ਨਾ ਜੇ ਨਸ਼ਿਆਂ ਦੀ ਗੱਲ ਤੁਸੀਂ ਕਰਨਾ ਬੰਦ ਕਰ ਦੋ ਗੈਂਗਸਟਰ ਦੀ ਗੱਲ ਤੁਸੀਂ ਕਰਨਾ ਫਿਰ ਫਿਲਮਾਂ ਕਿਸ ਚੀਜ਼ ਤੇ ਬਣਨਗੀਆਂ ਤੇ ਕਿਉਂ ਬਣਨਗੀਆਂ ਉਂਝ ਸਾਡੇ ਕੋਲ ਕੋਈ ਪੈਮਾਨਾ ਨਹੀਂ ਕੋਈ ਮਾਪਦੰਡ ਨਹੀਂ ਫਿਰ ਝੰਡਾ ਚੱਕ ਕੇ ਰਤੇਸ਼ ਲੱਖੀ ਪਹੁੰਚੇ ਕੋਰਟ ਦੇ ਵਿੱਚ ਜਾਂ ਪੰਡਿਤ ਤਰਾਵ ਧਰਨਵਰ ਪਹੁੰਚੇ ਹਾਈ ਕੋਰਟਸ ਕਹਿੰਦਾ ਵੀ ਇਸ ਗਾਣੇ ਨੂੰ ਬੰਦ ਕਰੋ ਤੇ ਉਹਦਾ ਤਾਂ ਕੋਈ ਸਿਰ ਪੈਰ ਨਹੀਂ ਬਣੇਗਾ ਇਹਦਾ ਪਾਵ ਹੈ ਸਰ ਪੰਜਾਬ ਇੱਕ ਐਜਾ ਇੱਕ ਸੁਭਾ ਹੈ ਜੀ ਬਹੁਤ ਹੀ ਨਾਜ਼ੂਕ ਸੁਭਾ ਹੈ ਇੱਥੇ ਤੁਸੀਂ ਮਨਮਰਜ਼ੀ ਬੰਦੂਕ ਵਾਲੇ ਸ਼ਰਾਬੀ ਜਾਂ ਗੈਂਗਸਟਰ ਕਲਚਰ ਨੂੰ ਸਾਇਦ ਕਰਨ ਵਾਲੇ ਫਿਲਮ ਬਣਾਓਗੇ ਕਿੱਥੇ ਰਹੇਗੀ ਸੂਫੀ ਬਾਤ ਕਿੱਥੇ ਰਹੇਗੀ ਇੱਥੇ ਬਾਬਾ ਨਾਨਕ ਦੀ ਬਾਣੀ ਇਹ ਪਵਿੱਤਰ ਧਰਤੀ ਹੈ ਮਹਾਰਾਜ ਇੱਕ ਸੁਪਤੀ ਕਾਲਵਾ ਦੀ ਫਿਲਮ ਬਣਾ ਕੇ ਕਿਰੇ ਤੁਸੀਂ ਸਟ੍ਰੀਟ ਪਾਉਂ ਦਾ ਕੋਸ਼ਿਸ਼ ਕੀਤਾ ਹੋਇਆ ਆਪਾਂ ਜੱਜ ਕਿਉਂ ਬਣ ਕੇ ਬੈਠ ਜਾਂਦੇ ਕਿਸ ਫਿਲਮ ਨੇ ਕਿਸ ਸਬਜੈਕਟ ਤੇ ਬਣੇਗੀ ਇਹ ਵੀ ਅਸੀਂ ਤੈਅ ਕਰੇ ਕਿ ਸਰਕਾਰ ਤੈਅ ਕਰੇਗੀ ਤੇ ਉਹਦਾ ਪ੍ਰਭਾਵ ਕੀ ਹੋਏਗਾ ਇਹ ਵੀ ਅਸੀਂ ਆਪਣੇ ਮਨ ਚ ਬਣਾ ਕੇ ਬਹਿਗੇ ਵੀ ਇਹਦਾ ਤਾਂ ਪ੍ਰਭਾਵ ਮਾੜਾ ਹੀ ਪੈਣਾ ਹੈ